ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖ ਰਹੀ ਸਾਰੀ ਸੰਗਤ ਨੂੰ ਸਵਰਨ ਸਿੰਘ ਵੱਲੋਂ ਗੁਰਫਤਿਹ ਪ੍ਰਵਾਨ ਹੋਵੇ। ਸੰਗਤ ਜੀ, ਇਹ ਮਹੀਨਾ ਨਵੰਬਰ ਅਤੇ ਅਸੀਂ ਚੇਤੇ ਕਰ ਰਹੇ ਹਾਂ ਉਹਨਾਂ ਸ਼ਹੀਦਾਂ ਨੂੰ ਜੋ ਅੱਜ ਤੋਂ ਤਕਰੀਬਨ 33 ਸਾਲ ਪਹਿਲਾਂ ਪੂਰੇ ਭਾਰਤ ਦੇ ਵਿੱਚ ਗਲੇ ਦੇ ਵਿੱਚ ਟਾਇਰ ਪਾ ਕੇ ਜਿੰਦਾ ਸਾੜ ਦਿੱਤੇ ਗਏ। ਇੱਕ ਸਿਸਟਮ ਹਿੰਦੁਸਤਾਨ ਦਾ, ਸਰਕਾਰ ਦਾ, ਜੁਡੀਸ਼ਰੀ ਦਾ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਸ਼ਾਮਲ। ਇਹ ਉਹ ਘਟਨਾਕ੍ਰਮ ਜਿਹਦੇ ਵਿੱਚ ਸਿਰਫ ਅਤੇ ਸਿਰਫ ਇੱਕ ਕਮਿਊਨਿਟੀ ਦੇ, ਸਿੱਖ ਕਮਿਊਨਿਟੀ ਦੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ, ਔਰਤਾਂ ਨੂੰ ਬੇਪਤ ਕੀਤਾ ਗਿਆ। ਇਹਨੂੰ ਨਾਮ ਦਿੱਤਾ ਗਿਆ 1984 ਦੇ ਦੰਗੇ। ਅਸੀਂ ਚੇਤੇ ਰੱਖੀਏ, ਦੰਗੇ ਇੱਕ ਐਸੀ ਲੜਾਈ, ਇੱਕ ਐਸਾ ਸੰਘਰਸ਼ ਹੁੰਦਾ ਜਿਹਦੇ ਵਿੱਚ ਦੋ ਜਾਂ ਹੋਰ ਕੁਝ ਕਮਿਊਨਿਟੀਆਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਾਰਦੇ ਨੇ, ਲੜਦੇ ਨੇ, ਦੋਨਾਂ ਹੀ ਪਾਸੇ ਨੁਕਸਾਨ ਹੁੰਦਾ, ਜਾਨੀ ਵੀ ਅਤੇ ਮਾਲੀ ਵੀ। ਪਰ ਇਹ 1984 ਦਾ ਇੱਕ ਐਸਾ ਘੱਲੂਘਾਰਾ, ਇੱਕ ਐਸਾ ਕਤਲੇਆਮ ਜੋ ਸਿਰਫ ਅਤੇ ਸਿਰਫ ਦਸਤਾਰ ਨੂੰ ਨਿਸ਼ਾਨਾ ਬਣਾ ਕੇ ਅਤੇ ਜਿਨ੍ਹਾਂ ਨੇ ਆਪਣੇ ਸਿਰ ਤੋਂ ਦਸਤਾਰ ਉਤਾਰੀ ਉਹਨਾਂ ਦੇ ਹੱਥ ਦੇ ਵਿੱਚ ਕੜੇ ਨੂੰ ਦੇਖ ਕੇ, ਪਛਾਣ ਕੇ, ਚੁਣ ਚੁਣ ਕੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ। ਹਿੰਦੁਸਤਾਨ ਦੀ, ਭਾਰਤ ਦੀ ਉਹ ਰਾਜਧਾਨੀ ਦਿੱਲੀ ਜਿੱਥੇ ਕੇਵਲ 2 ਦਿਨਾਂ ਦੇ ਅੰਦਰ 3000 ਤੋਂ ਵੱਧ ਨੌਜਵਾਨ ਸਿੱਖਾਂ ਨੂੰ ਸਰੇਆਮ ਜਿੰਦਾ ਸਾੜ ਕੇ ਸ਼ਹੀਦ ਕੀਤਾ ਗਿਆ। ਸੰਗਤ ਜੀ, ਇਸ 1984 ਦੇ ਇਸ ਕਤਲੇਆਮ ਦੇ 33 ਸਾਲ ਪੂਰੇ ਹੋਣ 'ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਅਕਾਲ ਚੈਨਲ ਵੱਲੋਂ ਅਸੀਂ ਆਪ ਜੀ ਨੂੰ ਲੈ ਕੇ ਆਏ ਹਾਂ ਦਿੱਲੀ ਦੇ ਉਸ ਇਲਾਕੇ ਦੇ ਵਿੱਚ ਜਿਸ ਨੂੰ ਤ੍ਰਿਲੋਕਪੁਰੀ ਦੇ ਨਾਮ ਤੋਂ ਜਾਣਿਆ ਜਾਂਦਾ। ਇਹ ਉਹ ਇਲਾਕਾ, ਤ੍ਰਿਲੋਕਪੁਰੀ ਦਾ ਵਾਰਡ 32 ਅਤੇ ਤ੍ਰਿਲੋਕਪੁਰੀ ਦਾ ਵਾਰਡ 36, ਜਿੱਥੇ ਗੁਰਦੁਆਰਾ ਸਾਹਿਬ ਨੂੰ ਸਾੜ ਦਿੱਤਾ ਗਿਆ, ਜਿੱਥੇ ਪਰਿਵਾਰਾਂ ਨੂੰ ਇੱਕ ਤ੍ਰਿਲੋਕਪੁਰੀ ਵਾਰਡ 32 ਦੇ ਅੰਦਰ ਪੂਰੀ ਦੀ ਪੂਰੀ ਗਲੀ ਜਿਹੜੀ ਕਿ ਇਸ ਤਰ੍ਹਾਂ ਚੁਣ ਚੁਣ ਕੇ ਘਰ ਦੇ ਅੰਦਰੋਂ, ਘਰ ਦੇ ਅੰਦਰ ਹੀ ਉਹਨਾਂ ਨੂੰ ਸਾੜ ਦਿੱਤਾ ਗਿਆ, ਘਰੋਂ ਬਾਹਰ ਕੱਢ ਕੱਢ ਕੇ ਮਾਰਿਆ ਗਿਆ। ਇਹ ਉਹ ਲੋਕ ਜਿਹੜੇ ਸਰਕਾਰੀ ਬੱਸਾਂ ਦੇ ਵਿੱਚ ਆਏ, ਇਹ ਉਹ ਲੋਕ ਜਿਹੜੇ ਇਸ ਇਲਾਕੇ ਦੇ ਨਹੀਂ ਸਨ, ਇਹ ਉਹ ਲੋਕ ਜਿਹੜੇ ਜਿਨ੍ਹਾਂ ਦੇ ਕੋਲ ਪੈਟਰੋਲ, ਜਿਨ੍ਹਾਂ ਦੇ ਕੋਲ ਮਿੱਟੀ ਦਾ ਤੇਲ, ਜਿਨ੍ਹਾਂ ਦੇ ਕੋਲ ਇੱਕ ਚਿੱਟੇ ਰੰਗ ਦਾ ਇੱਕ ਐਸਾ ਪਾਊਡਰ ਜਿਹਨੂੰ ਫਰਸ਼ 'ਤੇ ਸੁੱਟੋ ਅਤੇ ਉਹਦੇ ਵਿੱਚੋਂ ਅੱਗ ਦੀਆਂ ਲਪਟਾਂ, ਅੱਗ ਦੀਆਂ ਅੰਗਾਰਾਂ ਜਿਹੜੀਆਂ ਸੀ ਉਹ ਨਿਕਲਦੀਆਂ ਸਨ। ਪੂਰੇ ਇੱਕ ਸਿਸਟਮ ਦੇ ਨਾਲ ਇਹਨਾਂ ਨੂੰ ਬਾਕਾਇਦਾ ਸਰਕਾਰੀ ਰਾਸ਼ਨ ਕਾਰਡ ਦੀ ਡਿਟੇਲ ਲਿਸਟ ਦਿੱਤੀ ਗਈ ਕਿ ਕਿਸ ਇਲਾਕੇ ਦੇ ਵਿੱਚ ਕਿੱਥੇ ਕਿੱਥੇ ਸਿੱਖ ਪਰਿਵਾਰ ਜਿਹੜੇ ਨੇ ਉਹ ਵੱਸਦੇ ਨੇ, ਕਿ ਉਹਨਾਂ ਦੇ ਵਿੱਚੋਂ ਉਹਨਾਂ ਘਰਾਂ ਦੀਆਂ ਨਿਸ਼ਾਨੀਆਂ ਲਗਾ ਕੇ ਉਹਨਾਂ ਘਰਾਂ ਦੇ ਅੰਦਰੋਂ ਉਹਨਾਂ ਸਿੱਖ ਪਰਿਵਾਰਾਂ ਦੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਅੱਜ ਅਸੀਂ ਇੱਥੇ ਗੁਰਦੁਆਰਾ ਬਲਾਕ 36 ਦੇ ਤ੍ਰਿਲੋਕਪੁਰੀ ਦੇ ਅੰਦਰ ਅਸੀਂ ਆਪਣੀ ਇਸ ਅਕਾਲ ਚੈਨਲ ਦੀ ਟੀਮ ਦੇ ਨਾਲ ਇੱਥੇ ਪਹੁੰਚੇ ਹਾਂ। ਜੀ ਹਾਂ, ਇਹ ਅਕਾਲ ਚੈਨਲ ਦੀ ਉਹ ਟੀਮ ਜੋ ਦਿੱਲੀ ਦੇ ਵਿੱਚ ਇਸ ਤਰ੍ਹਾਂ ਉਸ ਸ਼ਹਿਰ ਦੇ ਅੰਦਰ, ਹਿੰਦੁਸਤਾਨ ਦੀ ਰਾਜਧਾਨੀ ਦੇ ਵਿੱਚ ਜਿੱਥੇ ਅਕਾਲ ਚੈਨਲ ਨੇ ਆਪਣਾ ਸਟੂਡੀਓ ਰੱਖਿਆ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਸੱਚ, ਉਹ ਇਤਿਹਾਸ ਜਾਂ ਸਿੱਖਾਂ ਦੇ ਨਾਲ ਹੋਈ ਕੋਈ ਵੀ ਇਹੋ ਜਿਹੀ ਘਟਨਾ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਅਕਾਲ ਚੈਨਲ ਰਾਹੀਂ ਸਾਂਝੀ ਕੀਤੀ ਜਾਂਦੀ ਹੈ। ਅਤੇ ਅੱਜ 1984 ਦੇ ਇਸ ਕਤਲੇਆਮ ਦੇ ਇਹਨਾਂ 33 ਸਾਲਾਂ ਬਾਅਦ ਕੁਛ ਐਸੇ ਲੋਕ, ਕੁਛ ਐਸੇ ਪਰਿਵਾਰ ਜਿਨ੍ਹਾਂ ਨੇ ਇਹ ਤਸ਼ੱਦਦ ਆਪਣੇ ਪਿੰਡੇ 'ਤੇ ਹੰਡਾਇਆ, ਜਿਨ੍ਹਾਂ ਦੇ ਆਪਣੇ ਪਿਓ ਜਾਂ ਮਾਂ ਜਾਂ ਭਰਾ ਇਸ ਕਤਲੇਆਮ ਦੇ ਵਿੱਚ ਸ਼ਹੀਦ ਹੋਏ, ਅਤੇ ਜਿਨ੍ਹਾਂ ਦੇ ਮਾਲੀ ਜਾਨੀ ਨੁਕਸਾਨ ਤੋਂ ਬਾਅਦ ਉਹਨਾਂ ਦਾ ਪੂਰਾ ਜੀਵਨ ਬਦਲ ਗਿਆ, ਉਹਨਾਂ ਦੇ ਆਪਣੇ ਬਣਾਏ ਹੋਏ ਛੋਟੇ ਛੋਟੇ ਉਹ ਵਪਾਰ ਬੰਦ ਹੋ ਗਏ, ਉਹ ਰੋਟੀ ਦੇ ਇੱਕ ਇੱਕ ਦਾਣੇ ਨਹੀਂ ਮੁਹਤਾਜ ਹੋ ਗਏ, ਅਤੇ ਉਹਨਾਂ ਦੇ ਅੱਗੋਂ ਬੱਚੇ ਜਿਹੜੇ ਨੇ ਇਸ ਗਰੀਬੀ ਨੂੰ, ਇਸ ਤਸ਼ੱਦਦ ਤੋਂ ਬਾਅਦ ਬਰਦਾਸ਼ਤ ਕਰਦੇ ਹੋਏ ਨੌਕਰੀਆਂ ਕਰਨ ਲਈ ਮਜਬੂਰ ਹੋ ਗਏ। ਉਹਨਾਂ ਨੇ ਆਪਣੀ ਐਜੂਕੇਸ਼ਨ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਰੋਟੀ ਦੀ ਲੋੜ ਸੀ। ਇਹ ਸਿਰਫ ਉਹਨਾਂ ਲੋਕਾਂ ਦੇ ਚਲੇ ਜਾਣ ਦੀ ਗੱਲ ਨਹੀਂ ਹੈ ਜਿਨ੍ਹਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ,
ਇਹ ਉਹਨਾਂ ਦੇ ਬਾਅਦ ਉਸ ਜਾਨੀ ਮਾਲੀ ਨੁਕਸਾਨ ਨੂੰ ਭੋਗਦੇ ਹੋਏ ਉਹ ਸਿੱਖ ਪਰਿਵਾਰ ਵੀ ਕਿਸ ਤਰ੍ਹਾਂ ਸਟਰਗਲ ਕਰਦੇ ਨੇ, ਇਸ ਤਸ਼ੱਦਦ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਲੈ ਕੇ ਚੱਲਦੇ ਨੇ। ਰੋਟੀ ਦੇ ਲਈ ਉਹ ਛੋਟੀਆਂ ਛੋਟੀਆਂ ਨੌਕਰੀਆਂ ਕਰਦੇ ਨੇ, ਪੜ੍ਹਾਈ ਹਾਸਲ ਨਹੀਂ ਕਰਦੇ, ਜਿਸ ਕਰਕੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਮਿਆਰੀ ਨਹੀਂ ਬਣ ਪਾਉਂਦਾ। ਅੱਜ ਉਹਨਾਂ ਦੇ ਬੱਚੇ ਅੱਗੇ ਐਜੂਕੇਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਉਹ ਪੀੜ੍ਹੀ ਐਜੂਕੇਸ਼ਨ ਤੋਂ ਵਹੀਨ ਰਹਿ ਗਈ। ਰੋਟੀ ਦਾ ਇੰਤਜ਼ਾਮ ਕਰਨ ਦੇ ਵਾਸਤੇ ਉਹ ਇਸ ਤਰ੍ਹਾਂ ਲੈ ਕੇ ਚੱਲੇ, ਪਰ ਅੱਜ ਅਸੀਂ ਉਹੋ ਜਿਹੇ ਪਰਿਵਾਰਾਂ ਨੂੰ ਵੀ ਮਿਲਾਂਗੇ ਜਿਨ੍ਹਾਂ ਨੇ ਇਹ ਤਸ਼ੱਦਦ ਆਪਣੇ 'ਤੇ ਹੰਡਾਇਆ। ਸੰਗਤ ਜੀ ਆਓ, ਇਸ ਵੇਲੇ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਤ੍ਰਿਲੋਕਪੁਰੀ ਦੇ ਇਸ ਬਲਾਕ 36 ਦੇ ਗੁਰਦੁਆਰਾ ਸਾਹਿਬ ਦੇ ਅੰਦਰ, ਜਿੱਥੇ ਇੱਕ ਸਿੰਘ ਸਾਹਿਬ ਅੱਜ ਸੇਵਾਦਾਰ ਦੀ ਨੌਕਰੀ ਕਰ ਰਹੇ ਨੇ। ਉਹਨਾਂ ਦੇ ਜੀਵਨ ਦੇ ਵਿੱਚ ਜੋ ਕੁਝ ਵਾਪਰਿਆ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਤੁਸੀਂ ਦੇਖਦੇ ਰਹੋ ਅਕਾਲ ਚੈਨਲ ਦੀ ਇੱਕ ਖਾਸ ਰਿਪੋਰਟ, ਨਵੰਬਰ 1984, 33 ਸਾਲ। ਸੰਗਤ ਜੀ, ਇਹ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, 36 ਬਲਾਕ ਤ੍ਰਿਲੋਕਪੁਰੀ ਮਯੂਰ ਵਿਹਾਰ। ਗੁਰਦੁਆਰਾ ਉਹ ਥਾਂ ਜਿੱਥੇ ਨਿਆਸਰਿਆਂ ਨੂੰ ਥਾਂ ਮਿਲਦੀ ਹੈ, ਗੁਰਦੁਆਰਾ ਜਿੱਥੇ ਭੁੱਖਿਆਂ ਨੂੰ ਲੰਗਰ ਮਿਲਦਾ ਹੈ, ਗੁਰਦੁਆਰਾ ਜਿੱਥੇ ਪਿਆਸੇ ਜਿਹੜੇ ਨੇ ਆਪਣੇ ਪਾਣੀ ਦੀ ਪਿਆਸ ਬੁਝਾਉਂਦੇ ਨੇ। ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਇੱਥੇ ਲੋਕ ਪਾਣੀ ਭਰ ਰਹੇ ਨੇ। ਇਹ ਉਹ ਪਿਆਊ ਹੈ ਜਿੱਥੋਂ ਸਾਰਾ ਦਿਨ ਲੋਕ ਬੋਤਲਾਂ ਰਾਹੀਂ ਪਾਣੀ ਭਰਦੇ ਨੇ ਜਾਂ ਇੱਥੋਂ ਪਾਣੀ ਪੀਂਦੇ ਨੇ, ਕਿਉਂਕਿ ਇਹ ਸਾਡੇ ਗੁਰੂ ਸਾਹਿਬ ਦਾ ਉਪਦੇਸ਼ ਹੈ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਸੇਵਾਵਾਂ ਉਦੋਂ ਵੀ ਸਨ, ਇਹ ਲੋਕ ਉਦੋਂ ਵੀ ਸਨ, ਪਰ ਕਿਉਂ ਇਹਨਾਂ ਦੀ ਅੱਖ ਦੇ ਵਿੱਚ ਫਰਕ ਆ ਗਿਆ? ਕਿਉਂ ਉਦੋਂ ਇਹਨਾਂ ਨੇ ਗੁਰਦੁਆਰੇ ਦੇ ਇਸ ਲੰਗਰ ਨੂੰ ਛਕਦਿਆਂ ਹੋਇਆਂ, ਗੁਰਦੁਆਰੇ ਦੇ ਵਿੱਚ ਸ਼ਰਨ ਲੈਂਦਿਆਂ ਹੋਇਆਂ, ਗੁਰਦੁਆਰੇ ਦੇ ਇਸ ਪਾਣੀ ਨੂੰ ਜੋ ਜਲ ਸੇਵਾ ਦੇ ਰੂਪ ਦੇ ਵਿੱਚ ਹੁੰਦਾ ਸੀ ਪੀਂਦਿਆਂ ਹੋਇਆਂ, ਗੁਰਦੁਆਰਿਆਂ ਨੂੰ ਉਸ ਨਜ਼ਰ ਨਾਲ ਦੇਖਿਆ ਕਿ ਅਸੀਂ ਇਹਨੂੰ ਹੁਣ ਲੁੱਟਾਂਗੇ, ਇਹਨੂੰ ਸਾੜਾਂਗੇ? ਕਿਉਂ ਇਹਨਾਂ ਦੀਆਂ ਅੱਖਾਂ ਦੇ ਵਿੱਚ ਫਰਕ ਆ ਗਿਆ? ਕਿਉਂਕਿ ਗੁਰਦੁਆਰਾ ਉਹ ਥਾਂ ਹੈ ਜਿੱਥੇ ਸਾਰਿਆਂ ਨੂੰ ਪਿਆਰ ਦਿੱਤਾ ਜਾਂਦਾ, ਔਰ ਇਹ ਪਿਆਰ ਬੰਦ ਨਹੀਂ ਹੋਇਆ। ਭਾਵੇਂ ਸਾਨੂੰ ਸਾੜ ਦਿੱਤਾ ਗਿਆ, ਭਾਵੇਂ ਸਾਨੂੰ ਲੁੱਟ ਲਿਆ ਗਿਆ, ਪਰ ਅੱਜ ਵੀ ਅਸੀਂ ਸਿੱਖ ਕਮਿਊਨਿਟੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦਿੰਦੀ ਹੈ, ਉਹ ਭੁੱਖਿਆਂ ਨੂੰ ਰੋਟੀ ਦਿੰਦੀ ਹੈ ਲੰਗਰ ਦੇ ਰੂਪ ਦੇ ਵਿੱਚ, ਨਿਆਸਰਿਆਂ ਨੂੰ ਥਾਂ ਦਿੰਦੀ ਹੈ। ਇਹ ਸੇਵਾ ਅੱਜ ਵੀ ਚੱਲ ਰਹੀ ਹੈ। ਉਹ ਵੱਖਰੀ ਗੱਲ ਹੈ ਕਿ ਦਿੱਲੀ ਦੇ ਅੰਦਰ, ਹਿੰਦੁਸਤਾਨ ਦੇ ਦਿਲ ਦੇ ਅੰਦਰ, ਹਿੰਦੁਸਤਾਨ ਦੀ ਰਾਜਧਾਨੀ ਦੇ ਵਿੱਚ ਸਾਨੂੰ ਸਿੱਖਾਂ ਨੂੰ ਚੁਣ ਚੁਣ ਕੇ ਸਾੜ ਸਾੜ ਕੇ ਮਾਰਿਆ ਗਿਆ। ਸੰਗਤ ਜੀ, ਇਸ ਵੇਲੇ ਅਸੀਂ ਗੱਲ ਕਰਾਂਗੇ ਕਿ ਇਸ ਤਸ਼ੱਦਦ ਨੂੰ, 1984 ਦੇ ਤਸ਼ੱਦਦ ਨੂੰ ਆਪਣੇ ਪਿੰਡੇ 'ਤੇ ਹੰਡਾਉਣ ਵਾਲੇ ਸਰਦਾਰ ਨਾਜਰ ਸਿੰਘ ਜੀ, ਜੋ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਦੀ ਨੌਕਰੀ ਕਰ ਰਹੇ ਨੇ, ਔਰ ਇਹ 1998 ਤੋਂ ਇੱਥੇ ਸੇਵਾਦਾਰ ਦੇ ਰੂਪ ਦੇ ਵਿੱਚ ਹਨ। ਅੱਜ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਨੂੰ ਇੱਕ ਸੇਵਾਦਾਰ ਦੇ ਰੂਪ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੂੰ ਤਕਰੀਬਨ 5500 ਰੁਪਇਆ ਮਹੀਨਾ ਤਨਖਾਹ ਮਿਲਦੀ ਹੈ, ਅਤੇ ਉਸ ਤਨਖਾਹ ਦੇ ਵਿੱਚ ਇਹ ਆਪਣਾ ਗੁਜ਼ਾਰਾ ਕਰਦੇ ਨੇ। ਇਹਨਾਂ ਦੇ ਪਰਿਵਾਰ ਦੇ ਵਿੱਚ ਬੇਟੇ ਨੇ, ਬੇਟੀ ਹੈ, ਅਤੇ ਇਹ ਜੋ ਹੈ, ਇਹ ਚੀਜ਼ਾਂ ਸਾਰੀਆਂ ਇੱਥੇ ਇਹਨਾਂ ਕੋਲ, ਇਸ ਪਰਿਵਾਰ ਦੇ ਵਿੱਚ ਇਹ ਆਪਣੇ ਇਸ ਤਨਖਾਹ ਦੇ ਵਿੱਚ ਗੁਜ਼ਾਰਾ ਕਰਦੇ ਹਾਂ। ਅਸੀਂ ਇਹਨਾਂ ਦੇ ਨਾਲ ਗੱਲ ਕਰਾਂਗੇ ਕਿ 1984 ਤੋਂ ਪਹਿਲਾਂ, ਉਸ ਕਤਲੇਆਮ ਤੋਂ ਪਹਿਲਾਂ, ਉਸ ਤਸ਼ੱਦਦ ਤੋਂ ਪਹਿਲਾਂ ਜਿਹੜਾ ਇਹਨਾਂ ਦੇ ਉੱਤੇ, ਇਹਨਾਂ ਦੇ ਜੀਵਨ ਦੇ ਵਿੱਚ ਉਹ ਵਾਪਰਿਆ, ਇਹ ਕੀ ਕਰਿਆ ਕਰਦੇ ਸਨ? ਹਾਂਜੀ, ਸਰਦਾਰ ਨਾਜਰ ਸਿੰਘ ਜੀ, ਅਕਾਲ ਚੈਨਲ 'ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਨੂੰ ਹੈ, ਅਤੇ ਆਓ ਸਭ ਤੋਂ ਪਹਿਲਾਂ ਸੰਗਤ ਦੇ ਨਾਲ ਆਪ ਜੀ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਹਨ ਸਰਦਾਰ ਨਾਜਰ ਸਿੰਘ ਜੀ, 1984 ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਫਾਦਰ ਸਾਹਿਬ ਨੂੰ, ਜਿਨ੍ਹਾਂ ਨੂੰ ਇਸ ਇਲਾਕੇ ਦੇ ਵਿੱਚ ਫੌਜੀ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਸੀ, ਬਾਕੀ ਸਾਰੀ ਜਾਣਕਾਰੀ ਇਹ ਆਪ ਦੇਣਗੇ। ਭੀੜ ਨੇ ਉਹਨਾਂ ਨੂੰ ਜਿੰਦਾ ਸਾੜ ਦਿੱਤਾ ਸੀ, ਕਿਸ ਤਰ੍ਹਾਂ ਮਾਰਿਆ, ਕਿਸ ਤਰ੍ਹਾਂ ਉਹ ਸ਼ਹੀਦ ਹੋਏ, ਉਹ ਗੱਲਾਂ ਸਾਰੀਆਂ ਹੋਣਗੀਆਂ। ਪਹਿਲਾਂ ਅਸੀਂ ਇਹਨਾਂ ਤੋਂ ਪੁੱਛਦੇ ਹਾਂ ਕਿ 1984 ਵੇਲੇ ਸਰਦਾਰ ਨਾਜਰ ਸਿੰਘ ਜੀ, ਜਦੋਂ ਇਹ ਕਤਲੇਆਮ ਹੋਇਆ, ਉਸ ਵੇਲੇ ਆਪ ਜੀ ਕੀ ਕਰਿਆ ਕਰਦੇ ਸੀ? ਮੇਰਾ ਟਾਇਰਾਂ ਦਾ ਕੰਮ ਸੀ, ਆਪਣੀ ਵਰਕਸ਼ਾਪ ਸੀ ਛੱਤਵੜੀ ਦੇ ਅੰਦਰ। ਛੱਤਵੜੀ ਕਿੱਥੇ ਪੈਂਦਾ ਜੀ? ਇਹ ਛਤਰਪੁਰ ਮੰਦਿਰ ਤੋਂ ਅੱਗੇ ਜਾ ਕੇ। ਮਤਲਬ ਤੁਸੀਂ ਦਿੱਲੀ 'ਚ ਹੀ ਰਹਿੰਦੇ ਸੀ ਅਤੇ ਤੁਸੀਂ ਸ਼ੁਰੂ 'ਚ ਦਿੱਲੀ ਤੋਂ ਰਹਿੰਦੇ ਹੋ? ਹਾਂਜੀ, ਮਤਲਬ ਵੀ ਇਹ ਪਹਿਲੇ ਅਸੀਂ ਆਸ਼ਰਮ ਰਹਿੰਦੇ ਸੀ, 80 'ਚ ਅਸੀਂ ਇੱਥੇ ਤ੍ਰਿਲੋਕਪੁਰੀ ਆ ਗਏ ਸੀ। 1980 'ਚ ਆਪ ਜੀ ਇਸ ਇਲਾਕੇ ਤ੍ਰਿਲੋਕਪੁਰੀ ਦੇ ਵਿੱਚ ਆਏ, ਉਸ ਤੋਂ ਪਹਿਲਾਂ ਆਪ ਜੀ ਸਤਬੜੀ ਆਸ਼ਰਮ 'ਚ ਰਹਿੰਦੇ, ਹਰੀਨਗਰ ਆਸ਼ਰਮ ਦੇ ਵਿੱਚ ਰਹਿੰਦੇ ਸੀ, ਅਤੇ ਆਪ ਜੀ ਟਾਇਰਾਂ ਦਾ ਕੰਮ ਕਰਦੇ ਸੀ, ਅਤੇ ਆਪ ਜੀ ਦੇ ਫਾਦਰ ਸਾਹਿਬ ਕੀ ਕਰਿਆ ਕਰਦੇ ਸਨ? ਡਰਾਈਵਰ ਸੀ ਜੀ, ਟਰੱਕ ਡਰਾਈਵਰ।
ਤੇ ਆਪ ਜੀ ਦੀ ਉਸ ਵੇਲੇ ਕਿੰਨੀ ਕੁ ਉਮਰ ਸੀ ਜਦੋਂ ਐ 1984 ਦਾ ਕਤਲੇਆਮ ਹੋਇਆ? 22 ਸਾਲ ਦੇ ਕਰੀਬ ਸੀ। ਤੇ ਆਪ ਜੀ ਦੇ ਨਾਲ ਇਸ ਇਲਾਕੇ ਦੇ ਵਿੱਚ ਹੋਰ ਕਿੰਨੇ ਕੁ ਪਰਿਵਾਰ ਰਹਿੰਦੇ ਸਨ? 12-14 ਦੇ ਕਰੀਬ ਹੈ ਸੀ। 12-14 ਪਰਿਵਾਰ ਇੱਥੇ ਉਸ ਵੇਲੇ ਵੱਸਦੇ ਸਨ, ਤੇ ਉਹਨਾਂ ਪਰਿਵਾਰਾਂ ਦਾ ਅੱਜ ਕੀ ਹਾਲ ਹੈ? ਅੱਜ ਦੇਖੋ ਜੀ, ਇੱਕ ਤਾਂ ਮੇਰਾ ਘਰ ਹੈ, ਇੱਕ ਹੋਰ ਹੈ ਸਰਦਾਰ ਜੀ, ਬਾਕੀ ਉਰੇ ਹੁਣ ਕੋਈ ਨਹੀਂ, ਸਾਰੇ ਵੇਚ ਬਚਾ ਕੇ ਚਲੇ ਗਏ, ਬਾਕੀ 2-3 ਦੀ ਡੈਥ ਹੋ ਗਈ ਹੈ। ਅੱਛਾ, ਕੁਝ ਲੋਕ ਜਿਹੜੇ ਨੇ ਉਹ ਪਰਲੋਕ ਸਿਧਾਰ ਗਏ ਨੇ, ਅਤੇ ਕੁਝਾਂ ਨੇ ਆਪਣਾ ਪਰਿਵਾਰ ਇੱਥੋਂ ਸਾਰਾ ਮਤਲਬ ਡਰ ਦੇ ਨਾਲ, ਉਸ ਖੌਫ ਦੇ ਨਾਲ ਇੱਥੋਂ ਵੇਚ ਗਏ ਨੇ, ਕੀ ਕਾਰਨ ਸੀ? ਬਾਜੀ ਕੁਛ ਪੰਜਾਬ ਚਲੇ ਗਏ, ਕੁਛ ਆਪਣੇ ਮੋਹਾਲੀ, ਕੁਛ ਕਿਸੇ ਪਾਸੇ, ਇਸ ਤਰ੍ਹਾਂ ਚਲੇ ਗਏ। ਮਤਲਬ ਉਹਨਾਂ ਨੂੰ ਇੱਕ ਖੌਫ ਸੀ ਕਿ ਇਹ ਜੋ ਕਤਲੇਆਮ 84 ਦੇ ਵਿੱਚ ਹੋਇਆ, ਇਹ ਦੁਬਾਰਾ ਵੀ ਵਾਪਰ ਸਕਦਾ, ਅਤੇ ਉਹਨਾਂ ਨੂੰ ਇਹ ਡਰ ਸੀ ਕਿ ਸਾਡਾ ਜਿਹੜਾ ਇੱਥੇ ਰਹਿਣਾ ਸੁਰੱਖਿਅਤ ਨਹੀਂ ਹੈ, ਇਸ ਕਰਕੇ ਉਹ ਇੱਥੋਂ ਦੀ ਵੇਚ ਵੱਟ ਕੇ ਚਲੇ ਗਏ। ਇੱਥੇ ਜਿਹੜੇ ਸ਼ਹੀਦ ਹੋਏ ਨੇ ਇਸ ਬਲਾਕ 36 ਦੇ ਵਿੱਚ, ਉਹ ਕਿੰਨੇ ਸ਼ਹੀਦ ਹੋਏ ਨੇ? 3 ਜੇ, ਇੱਕ ਤਾਂ ਤੇਜਾ ਸਿੰਘ ਅੰਕਲ ਜੀ, ਬਾਬਰ ਦੀ ਮਿਲਟਰੀ 'ਚ ਉਹਨਾਂ ਨੂੰ ਮਾਰਿਆ ਗਿਆ, ਉਸ ਤੋਂ ਬਾਅਦ ਆਪਣੇ ਝਰਮਲ ਸਿੰਘ ਅੰਕਲ ਜੀ ਦਾ ਲੜਕਾ ਸੀ, ਉਹ ਪੰਜਾਬ ਤੋਂ ਆਇਆ ਸੀ, ਅਤੇ ਮਤਲਬ ਵੀ ਇੱਥੋਂ ਜਿਹੜਾ ਪੰਜਾਬ ਦਿੱਲੀ ਰਹਿਣ ਵਾਲਾ ਸੀ ਉਹ ਪੰਜਾਬ ਚਲੇ ਗਿਆ ਸੀ, ਉਹਨੂੰ ਮਾਰਿਆ, ਫਿਰ ਸਾਡੇ ਪਿਤਾ ਜੀ ਨੂੰ ਮਾਰਿਆ। ਮਤਲਬ 3 ਇੱਥੇ ਸ਼ਹੀਦੀਆਂ ਹੋਈਆਂ ਨੇ, ਅਤੇ ਤੁਸੀਂ ਦੱਸਿਆ ਹੁਣੇ ਕਿ ਇੱਕ ਤੇਜਾ ਸਿੰਘ ਨਾਮ ਦੱਸਿਆ, ਜਿਹੜੇ ਯੂਨੀਫਾਰਮ ਦੇ ਵਿੱਚ ਸਨ, ਮਿਲਟਰੀ ਦੇ ਵਿੱਚ ਸਨ, ਪਾ ਕੇ ਨਿਕਲੇ ਸੀ ਕਿ ਵੀ ਮੈਨੂੰ ਕੋਈ ਮਾਰੇਗਾ ਨਹੀਂ। ਅੱਛਾ, ਯੂਨੀਫਾਰਮ ਦੇ ਵਿੱਚ ਹੀ ਉਹਨਾਂ ਨੂੰ ਮਾਰਿਆ, ਉਹਨਾਂ ਨੂੰ ਸ਼ਹੀਦ ਕੀਤਾ ਗਿਆ? ਹਾਂਜੀ। ਮਤਲਬ ਸੰਗਤ ਜੀ, ਇਹ ਗੱਲ ਬਹੁਤ ਖਾਸ ਨੋਟ ਕਰਨ ਵਾਲੀ ਹੈ ਕਿ ਹਿੰਦੁਸਤਾਨ ਦੇ ਅੰਦਰ ਦਿੱਲੀ, ਜੋ ਹਿੰਦੁਸਤਾਨ ਦਾ ਦਿਲ ਹੈ, ਜੋ ਕੈਪੀਟਲ ਹੈ, ਜੋ ਰਾਜਧਾਨੀ ਹੈ, ਉਸ ਰਾਜਧਾਨੀ ਦੇ ਵਿੱਚ ਇੱਕ ਸਿਪਾਹੀ, ਹਿੰਦੁਸਤਾਨ ਦੀ ਫੌਜ ਦਾ ਸੋਲਜਰ, ਸਿੱਖ ਸਿਪਾਹੀ, ਜਿਸ ਨੇ ਹਮੇਸ਼ਾ ਬਾਰਡਰ 'ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਹਿੰਦੁਸਤਾਨ ਦੀ ਰੱਖਿਆ ਦੇ ਲਈ ਸਹੁੰ ਚੁੱਕ ਕੇ, ਆਪਣਾ ਸਾਰਾ ਪਰਿਵਾਰ ਪਿੱਛੇ ਛੱਡ ਕੇ, ਆਪਣੀ ਜਾਨ ਖਤਰੇ 'ਚ ਪਾ ਕੇ ਉੱਥੇ ਪਹਿਰੇ ਦਿੱਤੇ ਨੇ, ਜਿਸ ਵੇਲੇ ਉਹ ਆਪਣੇ ਘਰ ਦੇ ਵਿੱਚੋਂ ਯੂਨੀਫਾਰਮ ਪਾ ਕੇ ਨਿਕਲਦਾ, ਅਤੇ ਇਹ ਜੋ ਗੁੰਡਾ ਅਨਸਰ, ਇਹ ਸਰਕਾਰੀ ਸਿਸਟਮ ਦੇ ਲੋਕ ਜਿਨ੍ਹਾਂ ਨੂੰ ਸਰਕਾਰ ਨੇ ਟਰਾਂਸਪੋਰਟੇਸ਼ਨ ਪ੍ਰੋਵਾਈਡ ਕੀਤੀ, ਜਿਨ੍ਹਾਂ ਨੂੰ ਸਰਕਾਰ ਨੇ ਉਹ ਹਥਿਆਰ ਦਿੱਤੇ, ਜਿਨ੍ਹਾਂ ਨੂੰ ਸਰਕਾਰ ਨੇ ਕੈਮੀਕਲ ਦਿੱਤੇ, ਰਾਸ਼ਨ ਕਾਰਡ ਦੀਆਂ ਲਿਸਟਾਂ ਵੀ ਦਿੱਤੀਆਂ, ਨਿਸ਼ਾਨ ਲਗਾ ਕੇ ਘਰਾਂ ਦੇ ਵਿੱਚੋਂ ਸਿੱਖਾਂ ਨੂੰ ਕੱਢ ਕੱਢ ਕੇ ਮਾਰਨ ਦੇ ਲਈ ਉਹਨਾਂ ਨੂੰ ਟ੍ਰੇਨਿੰਗ ਦਿੱਤੀ, ਔਰ ਇਸ ਸਾਰੇ ਕੰਮ ਦੇ ਲਈ ਉਹਨਾਂ ਨੂੰ ਪੈਸੇ ਵੀ ਦਿੱਤੇ। ਉਸ ਭੀੜ ਨੇ ਇਹ ਵੀ ਨਹੀਂ ਦੇਖਿਆ ਕਿ ਇਹ ਹਿੰਦੁਸਤਾਨ ਦੀ ਫੌਜ ਦਾ ਸਿਪਾਹੀ ਹੈ, ਉਹ ਸਿਰਫ ਇਹ ਦੇਖ ਰਹੇ ਸਨ ਕਿ ਇਹਦੇ ਸਿਰ 'ਤੇ ਦਸਤਾਰ ਹੈ, ਇਹਦੇ ਹੱਥ ਵਿੱਚ ਕੜਾ ਹੈ, ਇਹਦੇ ਚਿਹਰੇ ਦੇ ਉੱਤੇ ਦਾੜਾ ਹੈ, ਇਹ ਸਿੱਖ ਹੈ, ਇਹ ਸਿੱਖ ਹੈ, ਇਹ ਸਰਦਾਰ ਹੈ, ਇਸ ਨੂੰ ਛੱਡਣਾ ਨਹੀਂ, ਇਹ ਉਹਨਾਂ ਦਾ ਟਾਰਗੇਟ ਸੀ। ਚੁਣ ਚੁਣ ਕੇ ਘਰਾਂ ਦੇ ਵਿੱਚੋਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਔਰ ਇਸ ਬਲਾਕ 36 ਦੇ ਅੰਦਰ 3 ਸਿੱਖ ਸ਼ਹੀਦ ਹੁੰਦੇ ਨੇ, ਇੱਕ ਤੇਜਾ ਸਿੰਘ ਜੀ, ਅਤੇ ਦੂਜੇ ਚਰਮਲ ਸਿੰਘ ਦੇ ਲੜਕਾ ਹੈ, ਉਹਨਾਂ ਦਾ ਨਾਮ ਹੈ ਮਤਲਬ ਨਹੀਂ ਜਾਣਦਾ ਮੁੰਡੇ ਦਾ, ਵੀ ਉਹ ਜਿਸ ਟਾਈਮ ਭੱਜਿਆ ਅਤੇ ਉਹਨੂੰ ਅੱਗੇ ਜਾ ਕੇ ਮਤਲਬ ਵੀ ਮਾਰਿਆ, ਅੱਗੇ ਜਾ ਕੇ ਮਾਰਿਆ। ਅਤੇ ਹੋਰ ਤੀਜੇ ਆਪ ਜੀ ਦੇ ਫਾਦਰ ਸਾਹਿਬ, ਹਾਂਜੀ, ਉਹਨਾਂ ਦੀ ਕਿੱਦਾਂ ਸ਼ਹੀਦੀ ਹੋਈ? ਆਪ ਜੀ ਦੇ ਜੋ ਪਿਤਾ ਜੀ, ਉਹਦਾ ਨਾਂ ਕੀ ਸੀ? ਸੰਤੋਖ ਸਿੰਘ ਫੌਜੀ, ਮਤਲਬ ਰਿਟਾਇਰਮੈਂਟ ਸੀ, ਲੇਕਿਨ ਉਹ ਪੈਸਾ ਇਕੱਠਾ ਲੈ ਚੁੱਕੇ ਸੀ, ਉਹਨਾਂ ਨੂੰ ਪੈਨਸ਼ਨ ਵਗੈਰਾ ਨਹੀਂ ਸੀ ਮਿਲਦੀ, ਟਰੱਕ ਡਰਾਈਵਰ ਸੀ, ਉਹਨਾਂ ਨੂੰ ਜਿਸ ਟਾਈਮ ਪਕੜ ਕੇ ਦੋਨੇ ਹੱਥਾਂ ਤੋਂ ਦੋ ਦੋ ਬੰਦਿਆਂ ਨੇ ਪਕੜ ਲਿਆ, ਅਤੇ ਪਹਿਲੇ ਉਹਨਾਂ ਦਾ ਹੱਥ ਵੱਢਿਆ ਗਿਆ, ਨੰਗੀ ਕਿਰਪਾਨ ਜਿਸ ਟਾਈਮ ਮਾਰੀ ਗਈ ਹੈ ਅਤੇ ਉਹ ਹੱਥ ਵੱਢਿਆ ਗਿਆ, ਅਤੇ ਉਹਨਾਂ ਨੇ ਜਿਸ ਟਾਈਮ ਉਹ ਹੱਥ ਦੇ ਨਾਲ ਮਤਲਬ ਬਰਛੇ ਮਾਰੇ ਗਏ, ਅਤੇ ਮਤਲਬ ਉਹ ਬੰਦਿਆਂ ਨੇ ਫਿਰ ਉਹਨਾਂ ਦੇ ਖੋਪੜੀ ਮਾਰੀ, ਅਤੇ ਉਹ ਜਿਸ ਟਾਈਮ ਝੁਕੇ ਅਤੇ ਸਿਰ 'ਤੇ ਕੋਈ ਚੀਜ਼ ਮਾਰੀ ਤਾਂ ਖੋਪੜੀ ਉੱਪਰ ਉੱਠ ਗਈ, ਅਤੇ ਫਿਰ ਲੱਤਾਂ 'ਚ ਕਿਰਪਾਨ ਮਾਰਨੇ ਤੋਂ ਬਾਅਦ ਉਹ ਜਿਸ ਟਾਈਮ ਮਾਰੇ ਗਏ, ਉਸ ਤੋਂ ਬਾਅਦ ਉਹਨਾਂ ਨੇ ਅੰਦਰੋਂ ਮਿੱਟੀ ਦਾ ਤੇਲ ਲਿਆ, ਮਿੱਟੀ ਦਾ ਤੇਲ ਲੈ ਕੇ ਮੰਜੀ ਦਾ ਬਾਣ ਪਿਆ ਸੀ ਉਹ ਲਿਆ ਕੇ ਉਹ ਜਲਾਇਆ, ਜਿਸ ਟਾਈਮ ਉਹ ਅੱਧਕ ਉੱਠੇ ਫਿਰ ਵੀ ਮਤਲਬ ਉਹਨਾਂ ਦੇ ਕਲੇਜੇ 'ਚ ਬਰਛਾ ਫਸਾ ਕੇ ਰੱਖਿਆ ਜਦ ਤੱਕ ਉਹ ਖਤਮ ਨਹੀਂ ਹੋਏ। ਸੰਗਤ ਜੀ, ਇਹ ਜੋ ਤਸ਼ੱਦਦ ਹੈ, ਇਤਨਾ ਜੋ ਜ਼ੁਲਮ ਹੈ, ਕੋਈ ਇੱਕ ਆਦਮੀ ਕਿਸੇ ਆਕਰੋਸ਼ ਦੇ ਵਿੱਚ, ਕਿਸੇ ਗੁੱਸੇ ਦੇ ਵਿੱਚ ਆ ਕੇ ਨਹੀਂ ਕਰ ਸਕਦਾ, ਇਹ ਕਿਸੇ ਸਧਾਰਨ ਮਨੁੱਖ ਦਾ ਕੰਮ ਨਹੀਂ ਹੋ ਸਕਦਾ, ਇਹ ਗੁੰਡਾ ਅਨਸਰ ਨੇ। ਕਿਉਂਕਿ ਜਿਹੜੀ ਨਾਨਾਵੱਟੀ ਰਿਪੋਰਟ ਹੈ ਜਾਂ ਹੋਰ ਜਿਹੜੀਆਂ ਰਿਪੋਰਟਾਂ ਜਿਹੜੀਆਂ ਤਿਆਰ ਹੋਈਆਂ ਨੇ, ਜਿਹੜੀਆਂ ਵੀ ਉਸ ਵੇਲੇ 1984 ਦੇ ਨਾਲ ਸੰਬੰਧਿਤ ਕਾਰਵਾਈਆਂ ਹੋਈਆਂ ਨੇ, ਉਸ ਦੌਰਾਨ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ, ਉਹਨਾਂ ਦੇ ਵਿੱਚ ਵੀ ਇਹ ਹਵਾਲੇ ਮਿਲਦੇ ਆ ਕਿ ਸਰਕਾਰ ਵੱਲੋਂ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਕੈਦੀ ਸਨ, ਜਿਹੜੇ ਸਜ਼ਾ ਭੁਗਤ ਰਹੇ ਸਨ ਕਿਸੇ ਕਤਲ ਦੀ ਜਾਂ ਕਿਸੇ ਐਸੋ ਜਿਹੇ ਅਪਰਾਧਿਕ ਮਾਮਲੇ ਦੀ ਜਿਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ, ਸਰਕਾਰ ਨੇ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾਅ ਕੀਤਾ।
ਜਿਸ ਤਰ੍ਹਾਂ ਨਾਲ ਇੱਥੇ ਇਹਨਾਂ ਦੇ ਫਾਦਰ ਸਾਹਿਬ ਦਾ ਕਤਲ ਹੋਇਆ, ਸ਼ਹੀਦੀ ਹੋਈ ਹੈ, ਕਿ ਪਹਿਲਾਂ ਜਦੋਂ ਉਹਨਾਂ ਨੇ ਆਪਣੇ ਬਚਾਅ ਦੀ ਕੋਸ਼ਿਸ਼ ਕੀਤੀ, ਕਿਰਪਾਨ ਮਾਰ ਕੇ ਉਹਨਾਂ ਦਾ ਹੱਥ ਵੱਢਿਆ, ਫਿਰ ਉਹਨਾਂ ਦੇ ਸੀਨੇ ਦੇ ਵਿੱਚ ਬਰਛੇ ਮਾਰੇ, ਉਹਨਾਂ ਦੀ ਜਿਹੜੀ ਸਿਰ ਦੇ ਉੱਤੇ ਉਹਨਾਂ ਨੇ ਇਹੋ ਜਿਹਾ ਵਾਰ ਕੀਤਾ ਕਿ ਖੋਪੜੀ ਉਤਰ ਗਈ, ਉਹਨਾਂ ਦੇ ਲੱਤਾਂ ਦੇ ਵਿੱਚ ਕਿਰਪਾਨ ਮਾਰ ਕੇ ਉਹਨਾਂ ਨੂੰ ਥੱਲੇ ਸੁੱਟਿਆ, ਫਿਰ ਉਹਨਾਂ ਦੇ ਸੀਨੇ ਦੇ ਅੰਦਰ ਬਰਛਾ ਫਸਾਈ ਰੱਖਿਆ ਜਦ ਤੱਕ ਕਿ ਉਹ ਸ਼ਹੀਦ ਨਹੀਂ ਹੋ ਗਏ, ਜਦ ਤੱਕ ਉਹ ਜਿੰਦਾ ਸੀ ਉਹਨਾਂ ਨੂੰ ਤਸ਼ੱਦਦ ਦਿੱਤਾ ਗਿਆ। ਇਹ ਕੋਈ ਸਧਾਰਨ ਮਨੁੱਖ, ਇੱਕ ਆਮ ਨਾਗਰਿਕ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ। ਇਹ ਸਰਕਾਰੀ ਸਿਸਟਮ ਦੇ ਵਿੱਚ ਇਹ ਉਹ ਗੁੰਡੇ ਸਨ ਜਿਹੜੇ ਉਸ ਵੇਲੇ ਇਸ ਸਰਕਾਰ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਸਨ, ਕਿਉਂਕਿ ਜਿਹੜਾ ਸਰਕਾਰ ਦਾ ਪ੍ਰਧਾਨ ਮੰਤਰੀ ਬਣਿਆ ਉਸ ਇੰਦਰਾ ਗਾਂਧੀ ਦਾ ਪੁੱਤਰ ਰਾਜੀਵ ਗਾਂਧੀ, ਜਿਸ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਬਿਆਨ ਦਿੱਤੇ ਸਨ ਕਿ ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ। ਇਹ ਸਾਫ਼ ਸਾਰੀਆਂ ਰਿਪੋਰਟਾਂ ਦੇ ਵਿੱਚ ਇਹ ਕੋਡ ਹੋਇਆ ਕਿ ਸਰਕਾਰੀ ਜਿਹੜਾ ਅਨਸਰ ਇੱਕ ਸਿਸਟਮ ਸੀ, ਇਹ ਮਿਨਿਸਟਰੀ ਦਾ ਸਿਸਟਮ ਜਾਂ ਹੋਰ ਜਿਹੜੇ ਛੋਟੇ ਛੋਟੇ ਜਿਹੜੇ ਸਰਕਾਰੀ ਤੰਤਰ ਦੇ ਲੋਕ ਸਨ, ਉਹਨਾਂ ਨੇ ਇਹਦੇ ਵਿੱਚ ਆਪਣਾ ਪੂਰਾ ਹਿੱਸਾ ਦਿੱਤਾ, ਪੂਰਾ ਯੋਗਦਾਨ ਪਾ ਕੇ ਇਸ ਸਾਰੇ ਕੰਮ ਨੂੰ ਨੇਪਰੇ ਚੜਾਇਆ। ਉਹਨਾਂ ਨੇ ਭੀੜ ਇਕੱਠਿਆਂ ਕੀਤੀ, ਇੱਕ ਪੁਆਇੰਟ ਦੇ ਉੱਤੇ ਬੁਲਾ ਕੇ ਮੀਟਿੰਗ ਕੀਤੀ, ਫਿਰ ਉਸ ਭੀੜ ਨੂੰ ਆਪਣੇ ਭਾਸ਼ਣ ਰਾਹੀਂ ਉਕਸਾਇਆ ਕਿ ਇਸ ਕਮਿਊਨਿਟੀ ਨੂੰ ਖਤਮ ਕਰਨਾ, ਇਹਨੂੰ ਛੱਡਣਾ ਨਹੀਂ ਹੈ। ਨਾਜਰ ਸਿੰਘ ਜੀ, ਇਹ ਦਿੱਲੀ ਹਿੰਦੁਸਤਾਨ ਦੀ ਰਾਜਧਾਨੀ ਹੈ, ਸਰੇਆਮ ਇਹ ਕੰਮ ਹੋ ਰਿਹਾ, ਪੁਲਿਸ ਦਾ ਇਹਦੇ ਵਿੱਚ ਤੁਹਾਡੇ ਵੱਲੋਂ ਤੁਹਾਡੇ ਲਈ ਕੀ ਯੋਗਦਾਨ ਰਿਹਾ, ਉਹ ਕਿੰਨੀ ਕੁ ਤੁਹਾਡੀ ਸਪੋਰਟ ਦੇ ਵਿੱਚ ਆਈ? ਦੇਖੋ ਜੀ, ਪੁਲਿਸ ਉੱਪਰ ਫਾਇਰ ਕਰ ਰਹੀ ਸੀ, ਲੇਕਿਨ ਬਚਾਉਣ ਵਾਸਤੇ ਕੋਈ ਨਹੀਂ ਸੀ। ਲੇਕਿਨ ਜਿਸ ਟਾਈਮ ਸਾਡੇ ਮੰਮੀ ਵਗੈਰਾ ਭੈਣਾਂ ਕੈਂਪ 'ਚ ਸੀ, ਉਸ ਟਾਈਮ ਉਹਨਾਂ ਨੇ ਦੱਸਿਆ ਕਿ ਉੱਥੇ ਪਾਣੀ ਭਰਿਆ ਹੋਇਆ ਸੀ, ਅਤੇ ਫਿਰ ਉਹਨਾਂ ਨੂੰ ਪਤਾ ਚੱਲਿਆ ਕਿ ਵੀ ਮਤਲਬ ਵੀ ਪਾਣੀ 'ਚ ਕੋਈ ਚੀਜ਼ ਮਿਲਾਈ ਹੋਈ ਹੈ। ਉਹ ਸਾਡੇ ਇੱਕ ਸਵੀਪਰ ਸੀ, ਉਹ ਵਿਚਾਰਾ ਉੱਥੇ ਲੈਟਰਿਨ ਧੋਣ ਆਉਂਦਾ ਸੀ, ਮੇਰੇ ਘਰ ਦੇ ਨਾਲ ਲੈਟਰਿਨ ਸੀ, ਅਤੇ ਉਹਨੇ ਉਹਨੂੰ ਮੰਮੀ ਨੂੰ ਆ ਕੇ ਕਿਹਾ ਕਿ ਮੰਮੀ ਇਹ ਪਾਣੀ ਨਹੀਂ ਪੀਣਾ ਬਿਲਕੁਲ ਵੀ, ਨਾ ਬੱਚਿਆਂ ਨੂੰ ਦੇਣਾ। ਅਤੇ ਫਿਰ ਸਾਡੇ ਉਸਤਾਦ ਉਹ ਪਾਣੀ ਦੀ ਜਗ੍ਹਾ ਵਿਚਾਰਾ ਕੰਬਲ ਅਤੇ ਦੁੱਧ ਲੈ ਕੇ ਆਇਆ, ਉਹਨੇ ਉਹ ਚੀਜ਼ ਦਿੱਤੀ ਅਤੇ ਫੱਟਾ ਰੱਖਿਆ ਪੈਰਾਂ ਦੇ ਨੀਚੇ ਰੱਖਣ ਵਾਸਤੇ। ਅਤੇ ਉਸ ਤੋਂ ਬਾਅਦ ਕੁੜੀਆਂ ਨੂੰ ਮਤਲਬ ਸਾਡੀ ਮਾਂ ਨੇ ਦੱਸਿਆ ਕਿ ਮਤਲਬ ਵੀ ਉਹਨਾਂ ਦੇ ਸਾਹਮਣੇ ਸਭ ਕੁਛ ਲਾਈਟਾਂ ਲੱਗੀਆਂ ਹੋਈਆਂ ਸੀ ਵੱਡੀਆਂ, ਉਹ ਛਟਾਈ ਕਰਕੇ ਲੈ ਕੇ ਗਏ ਹੈ, ਅਤੇ ਮੇਰੇ ਉਸਤਾਦ ਦੇ ਘਰ ਵਾਲੀ ਉਹ ਮੇਰੀਆਂ ਭੈਣਾਂ ਨੂੰ ਲੈ ਕੇ ਚਲੇ ਗਏ, ਇਸ ਕਰਕੇ ਉਹਨਾਂ ਦੀ ਇੱਜ਼ਤ ਬਚੀ। ਮਤਲਬ ਪੁਲਿਸ ਦਾ ਇਹਦੇ ਅੰਦਰ ਤੁਹਾਡੇ ਵੱਲ ਕੀ ਰਵੱਈਆ ਸੀ ਕਿ ਤੁਹਾਨੂੰ ਉਹ ਮਦਦ ਕਰ ਰਹੇ ਸਨ, ਬਚਾ ਰਹੇ ਸਨ? ਕੋਈ ਮਦਦ ਨਹੀਂ, ਕੋਈ ਮਦਦ ਨਹੀਂ ਸੀ। ਤੁਸੀਂ ਉਹਨਾਂ ਨੂੰ ਜਦੋਂ ਆਪਣੀ ਮਦਦ ਲਈ ਆਵਾਜ਼ ਲਾਈ ਤਾਂ ਉਹਨਾਂ ਦਾ ਅੱਗੋਂ ਕੀ ਜਵਾਬ ਸੀ? ਦੇਖੋ ਜੀ, ਮਦਦ ਉਹ ਅੱਗੇ ਅੱਗੇ ਚੱਲ ਰਹੀ ਸੀ, ਮੌਬ ਪਿੱਛੇ ਪਿੱਛੇ ਸੀ, ਮਤਲਬ ਮਾਰਨ ਦੇ ਟਾਈਮ ਕੋਈ ਰੁਕਾਵਟ ਨਹੀਂ ਸੀ ਕਰ ਰਹੇ ਕਿ ਵੀ ਹਾਂ ਤੁਸੀਂ ਛੱਡੋ ਇਹਨਾਂ ਨੂੰ ਜਾਂ ਕੀ, ਨਹੀਂ ਕੋਈ ਮਤਲਬ ਨਹੀਂ। ਅੱਛਾ, ਮਤਲਬ ਜਿਹੜਾ ਮੌਬ ਸੀ ਗੁੰਡਿਆਂ ਦਾ, ਉਹਦੀ ਜੋ ਅਗਵਾਈ ਕਰ ਰਹੀ ਸੀ ਉਹ ਪੁਲਿਸ ਕਰ ਰਹੀ ਸੀ, ਦਿੱਲੀ ਪੁਲਿਸ? ਇਹ ਸੀ ਕਿ ਵੀ ਹਾਂ ਅਸੀਂ ਮਤਲਬ ਵੀ ਬਚਾਵ ਕਰ ਰਹੇ ਹਾਂ, ਲੇਕਿਨ ਉਹ ਅੱਗੇ ਨਿਕਲ ਜਾਂਦੇ ਸੀ, ਪਿੱਛੇ ਤੋਂ ਮਤਲਬ ਵੀ 500-700 ਬੰਦਾ ਆਉਂਦਾ ਸੀ। ਅੱਛਾ ਨਾਜਰ ਸਿੰਘ ਜੀ, ਪੁਲਿਸ ਨੇ ਤੁਹਾਡੇ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ? ਪਰ ਇਹ ਜਿਹੜੀ ਸਾਡੀ ਮਾਰਸ਼ਲ ਕੌਮ ਹੈ, ਸਿੱਖ ਕਮਿਊਨਿਟੀ ਹੈ, ਇਹ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ, ਛੋਟਾ ਵੱਡਾ ਕੋਈ ਵੀ ਹੋਵੇ, ਇਹ ਸਾਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਅਸੀਂ ਤਿਆਰ ਬਰ ਤਿਆਰ ਰਹਿੰਦੇ ਹਾਂ। ਕਿ ਸਾਡੇ ਕੋਲ ਉਸ ਵੇਲੇ ਕੋਈ ਹਥਿਆਰ ਸ਼ਸਤਰ ਨਹੀਂ ਸੀ? ਨਹੀਂ ਜੀ, ਦੇਖੋ ਜੀ, ਉਸ ਟਾਈਮ ਕੋਈ ਮੌਕਾ ਨਹੀਂ ਦਿੱਤਾ ਨਾ ਕੋਈ ਕਿਸੇ ਨੂੰ ਉਹ ਕਿ ਵੀ, ਹਾਲਾਂਕਿ ਘਰੋਂ ਘਰ ਤਲਾਸ਼ੀਆਂ ਕੀਤੀਆਂ ਗਈਆਂ, ਜਿੱਥੇ ਵੀ ਸਰਦਾਰ ਦਾ ਘਰ ਸੀ ਕਿ ਵੀ ਹਾਂ ਅੰਦਰ ਵੜ ਵੜ ਕੇ ਤਲਾਸ਼ੀਆਂ ਹੋਈਆਂ। ਸਾਡੇ ਕੁੱਤਾ ਹੁੰਦਾ ਸੀ, ਉਹ ਪਿਤਾ ਜੀ ਦੀ ਮਿੱਟੀ ਦੇ ਕੋਲ ਬੈਠਾ ਰਿਹਾ 3 ਦਿਨ, ਲੋਕਾਂ ਨੇ ਵਿਚਾਰਿਆਂ ਨੇ ਉਹਨੂੰ ਰੋਟੀ ਖਵਾਉਣ ਦੀ ਕੋਸ਼ਿਸ਼ ਕੀਤੀ, ਸਾਡੇ ਨਾਲ ਉਹਦਾ ਕੁੱਤਾ ਚੰਗਾ ਸੀ ਕਿ ਜਿਹੜੇ ਨੇ ਉਹਨੇ ਮਤਲਬ 3 ਦਿਨ ਰਾਖੀ ਕੀਤੀ। ਨਹੀਂ, ਮੈਂ ਸਵਾਲ ਇਹ ਪੁੱਛ ਰਿਹਾ ਕਿ ਕਿਸੇ ਪਰਿਵਾਰ ਦੇ ਕਿਸੇ ਘਰ ਦੇ ਵਿੱਚ ਕੋਈ ਕਿਰਪਾਨ ਕੋਈ ਸ਼ਸਤਰ ਨਹੀਂ ਸੀ ਉਸ ਵੇਲੇ? ਨਹੀਂ ਜੀ, ਉਸ ਟਾਈਮ ਕੋਈ ਇਹੋ ਜਿਹਾ ਸ਼ਸਤਰ ਨਹੀਂ ਸੀ। ਅਤੇ ਪੁਲਿਸ ਨੇ ਜੋ ਹੈ ਉਹ ਇਹ ਸਾਰਾ ਉਸ ਭੀੜ ਨੂੰ ਅਗਵਾਈ ਕਰਕੇ ਨਾਲ ਲੈ ਕੇ ਸਾਰਾ ਇਸ ਕੁਝ ਚੱਲਿਆ। ਅਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ, 1998 'ਚ ਤੁਸੀਂ ਇੱਥੇ ਸੇਵਾਦਾਰ ਦੀ ਜੋ ਨੌਕਰੀ ਕਰ ਰਹੇ ਹੋ, ਅਤੇ ਤੁਸੀਂ ਹੁਣ ਕਿੱਦਾਂ ਮਤਲਬ ਪਰਿਵਾਰ ਦਾ ਗੁਜ਼ਾਰਾ ਕਿੱਦਾਂ ਹੁੰਦਾ? ਦੇਖੋ ਜੀ, ਇੱਥੇ ਮੈਂ ਗੁਰੂ ਘਰ 'ਚ ਸੇਵਾਦਾਰੀ ਨੌਕਰੀ ਕਰਦਾ, ਅਤੇ 5,500 ਰੁਪਏ ਤਨਖਾਹ ਮਿਲਦੀ ਹੈ ਮੈਨੂੰ, ਅਤੇ ਬਾਕੀ ਰਾਸ਼ਨ ਮਿਲਦਾ ਜੀ। ਤੁਹਾਡੇ ਕੋਈ ਭੈਣ ਭਰਾ ਮਤਲਬ ਉਸ ਤਰ੍ਹਾਂ ਕੋਈ ਮੈਨੂੰ 10-20 ਰੁਪਏ ਉਸ ਤਰ੍ਹਾਂ ਮਦਦ ਦੇ ਤੌਰ 'ਤੇ ਦੇ ਜਾਂਦਾ, ਬਾਕੀ ਹੋਰ ਕੋਈ ਐਸਾ ਉਹ ਨਹੀਂ ਹੈ। ਅੱਛਾ, ਕਹਿਣ ਦਾ ਭਾਵ ਹੈ ਕਿ ਤੁਸੀਂ 5,500 ਦੇ ਵਿੱਚ ਇੱਥਾਂ ਤੁਸੀਂ ਆਪਣੇ ਪਰਿਵਾਰ ਦੀ ਪਰਵਰਿਸ਼ ਕਰ ਰਹੇ ਹੋ, ਅਤੇ ਤੁਸੀਂ ਜਿੱਦਾਂ ਸਾਨੂੰ ਪਹਿਲਾਂ ਦੱਸਿਆ ਕਿ ਤੁਹਾਡਾ ਆਪਣਾ ਟਾਇਰਾਂ ਦਾ ਵਪਾਰ ਸੀ, ਅਤੇ ਉਹ ਤੁਹਾਡਾ ਜੀਵਨ ਜਿਹੜਾ ਸੀ ਉਹ ਇੱਕ ਅੱਛਾ ਜੀਵਨ ਸੀ? ਬਹੁਤ ਸੁਖੀ ਜੀਵਨ ਸੀ, ਰਾਤ ਦਿਨ ਦਾ ਮੇਰਾ ਕੰਮ ਸੀ, ਲੇਕਿਨ ਉੱਥੇ ਗੁਜ਼ਰ ਹੋਣ ਦੇ ਨਾਤੇ ਵੀ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ। ਮਤਲਬ ਕਹਿਣ ਦਾ ਭਾਵ ਹੈ ਕਿ ਉੱਥੇ ਦੀ ਜਿਹੜੀ ਕਮਿਊਨਿਟੀ ਹੈ, ਜਿਹੜਾ ਗੁੱਜਰ ਪਰਿਵਾਰ ਹੈ, ਉੱਥੇ ਜੋ ਗੁੱਜਰ ਕਮਿਊਨਿਟੀ ਸੀ ਉਹ ਤੁਹਾਡੇ ਪੜੋਸ ਦੇ ਵਿੱਚ ਰਿਹਾ ਕਰਦੇ ਸਨ, ਉਹਨਾਂ ਨੇ ਤੁਹਾਡੀ ਪੂਰੀ ਮਦਦ ਕੀਤੀ?
ਤੇ ਇਹ ਜਿਹੜੇ ਮਾਰਨ ਵਾਲੇ ਲੋਕ ਸਨ ਇਹ ਕੌਣ ਸਨ? ਇਹ ਤਾਂ ਇੱਥੇ ਦੇ ਮਤਲਬ ਵੀ ਬੱਸਾਂ 'ਚ ਭਰ ਕੇ ਲੋਕ ਆਏ ਅਤੇ ਬਾਕੀ ਆ ਜਿਹੜਾ ਛੋਟੇ ਤਬਕੇ ਦੇ ਲੋਕ ਸੀ, ਚਾਹੇ ਉਹ ਛੋਟਾ ਸੀ ਚਾਹੇ ਵੱਡਾ ਸੀ, ਹੁਣ ਅਸੀਂ ਤਾਂ ਇੰਨਾ ਪਛਾਣ ਨਹੀਂ ਸਕਦੇ ਸੀ, ਸਾਰੇ ਮਾਰਨ ਵਾਲੇ ਸੀ। ਤੁਹਾਡੇ ਕਹਿਣ ਦਾ ਭਾਵ ਹੈ ਕਿ ਤੁਸੀਂ ਪਛਾਣਦੇ ਨਹੀਂ ਸੀ ਕਿ ਉਹ ਤੁਹਾਡੇ ਇਲਾਕੇ ਦੇ ਨਹੀਂ ਸਨ, ਬਾਹਰੋਂ ਆਏ ਹੋਏ ਸਨ? ਉਹ ਕੁਛ ਇਲਾਕਿਆਂ ਦੇ ਵੀ ਸੀ, ਕੁਛ ਬਾਹਰ ਤੋਂ ਜਿੰਨੀ ਪਬਲਿਕ ਸੀ ਨਾ, ਬਾਹਰ ਦੀ ਜ਼ਿਆਦਾ ਸੀ, ਬਾਹਰ ਦੀ ਜ਼ਿਆਦਾ ਸੀ ਪਬਲਿਕ। ਅਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ, ਇੱਥੇ ਵੀ ਕੋਈ ਇਹੋ ਜਿਹੀ ਕੋਈ ਘਟਨਾ ਵਾਪਰੀ? ਇੱਥੇ ਦੇਖੋ ਜੀ, ਨਿਸ਼ਾਨ ਸਾਹਿਬ ਗੇਰਤਾ ਸੀ, ਪੱਖੇ ਪੁੱਖੇ ਪਤੀਲੇ ਪਤੂਲੇ ਸਭ ਜੋ ਵੀ ਉਹਨਾਂ ਦੇ ਹੱਥ ਲੱਗਿਆ ਲੈ ਕੇ ਚਲੇ ਗਏ ਸੀ। ਇਸ ਗੁਰਦੁਆਰੇ ਨੂੰ ਵੀ ਲੁੱਟਿਆ ਗਿਆ? ਹਾਂਜੀ। ਅਤੇ ਹੋਰ ਇੱਥੇ ਕੀ ਕੋਈ ਜਾਨੀ ਨੁਕਸਾਨ ਵੀ ਹੋਇਆ ਸੀ ਗੁਰਦੁਆਰੇ ਦੇ ਅੰਦਰ? ਜਾਨੀ ਐਸਾ ਕੋਈ ਨੁਕਸਾਨ ਨਹੀਂ ਹੋਇਆ, ਬਾਹਰ ਨੁਕਸਾਨ ਹੋਇਆ ਸੀ। ਮਤਲਬ 13 ਨੰਬਰ 'ਤੇ ਮੁੰਡਾ ਬਿਜਲੀ ਵਾਲਾ ਰਹਿੰਦਾ ਸੀ, ਬਲਵਿੰਦਰ ਸਿੰਘ, ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਬਾਕੀ ਉਹਦੇ ਤੋਂ ਤਾਂ ਨਾ ਤਕਰੀਬਨ ਜਿਸ ਟਾਈਮ ਮੂਵ ਹੋਇਆ ਸਭ ਆਪਣੇ ਭੱਜ ਭਜਾ ਕੇ ਬਚਾਅ ਕੀਤਾ ਉਹਨਾਂ ਨੇ। ਚਲੋ ਨਾਜਰ ਸਿੰਘ ਜੀ, ਤੁਹਾਡਾ ਅਸੀਂ ਇੱਕ ਜੀਵਨ ਇਸ ਵੇਲੇ ਦੇਖ ਰਹੇ ਹਾਂ ਕਿ ਤੁਸੀਂ ਸੇਵਾਦਾਰ ਦੇ ਰੂਪ ਦੇ ਵਿੱਚ ਇੱਥੇ 5600 ਦੇ ਵਿੱਚ ਆਪਣੇ ਪਰਿਵਾਰ ਦੀ ਪਰਵਰਿਸ਼ ਕਰ ਰਹੇ ਹੋ। ਤੁਹਾਡੇ ਦੋ ਬੇਟੇ ਨੇ, ਇੱਕ ਬੇਟੀ ਹੈ, ਦਿੱਲੀ ਸ਼ਹਿਰ ਦੇ ਵਿੱਚ 5600 ਰੁਪਇਆ ਅਤੇ ਪਰਿਵਾਰ ਨੂੰ ਪਾਲਣਾ, ਇੱਕ ਬੇਟਾ ਤੁਹਾਡਾ 12ਵੀਂ ਪਾਸ ਕਰਕੇ, ਤੁਸੀਂ ਦੱਸਿਆ ਸੀ ਮੈਨੂੰ ਕਿ 12ਵੀਂ ਪਾਸ ਕੀਤੀ ਹੈ ਬੇਟੇ ਨੇ। ਤੁਸੀਂ ਜਿਸ ਵੇਲੇ ਟਾਇਰਾਂ ਦਾ ਵਪਾਰ ਕਰਦੇ ਸੀ, ਇਹ 1984 ਤੇ, ਉਸ ਵੇਲੇ ਤੁਹਾਡੇ ਮਨ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਕੀ ਸੁਪਨੇ ਸਨ? ਕੀ ਉਹ ਤੁਸੀਂ ਆਪਣੇ ਸੁਪਨੇ ਬੱਚਿਆਂ ਦੇ ਪੂਰੇ ਕਰ ਸਕੇ? ਨਹੀਂ ਜੀ, ਅੱਜ ਦਿਨ ਮੈਂ ਜਿਸ ਸਟੇਜ 'ਤੇ ਖੜ੍ਹਾ ਕਿ ਮੇਰਾ ਦਿਲ ਅੰਦਰੂਨੀ, ਮੈਂ ਜਿਸ ਟਾਈਮ ਯਾਦ ਉਸ ਟਾਈਮ ਨੂੰ ਕਰਦਾ ਕਿ ਮੈਂ ਇਕਾਂਤ 'ਚ ਵੀ ਬੈਠਦਾ ਨਾ, ਬੱਚੇ ਫਟ ਪੁੱਛ ਲੈਣਾ ਪਾਪਾ ਕੀ ਗੱਲ, ਲੇਕਿਨ ਮੇਰੇ ਦਿਲ ਦਾ ਜਿਹੜਾ ਦਰਦ ਹੈ ਉਹ ਮੇਰੇ ਦਿਲ 'ਚ ਹੀ ਹੈ ਵੀ ਬੱਚਿਆਂ ਨੂੰ ਮੈਂ ਅੱਛਾ ਪੜ੍ਹਾਉਣਾ ਲਿਖਾਉਣਾ ਚਾਹੁੰਦਾ ਸੀ, ਲੇਕਿਨ ਉਹ ਮੈਂ ਨਹੀਂ ਕਰ ਸਕਿਆ। ਸਰਕਾਰ ਵੱਲੋਂ ਜਾਂ ਆਪਣੀ ਕਮਿਊਨਿਟੀ ਵੱਲੋਂ ਤੁਹਾਨੂੰ ਇਹੋ ਜਿਹੀ ਕੋਈ ਮਦਦ ਮਿਲੀ? ਇਹ ਜਿਸ ਟਾਈਮ ਜੀ ਦੇਖੋ, ਜਦ ਤੱਕ ਤਾਂ ਮੰਮੀ ਜ਼ਿੰਦਾ ਰਹੀ ਜਦ ਤੱਕ ਤਾਂ ਉਹਨਾਂ ਨੂੰ ਪੈਸਾ ਮਿਲਿਆ, 2 ਦਫ਼ਾ ਮੈਨੂੰ ਪੈਸਾ ਮਿਲਿਆ, ਅਸੀਂ ਆਪਣੇ ਭੈਣ ਭਰਾ ਵੰਡ ਲੈਂਦੇ ਹਾਂ। ਅੱਛਾ, ਭੈਣ ਭਰਾਵਾਂ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਸੀਂ ਕਿੰਨੇ ਮਤਲਬ ਕਿ ਭੈਣ ਭਰਾ ਹੋ? ਅੱਛਾ ਜੀ, ਅਤੇ ਤੁਸੀਂ ਮਤਲਬ ਕਿ ਇਹ ਪਰਿਵਾਰ ਦੇ ਵਿੱਚ ਸਾਰਾ ਤੁਸੀਂ ਰਲ ਕੇ ਸਾਰਾ ਕੰਮ ਕਰਦੇ ਹੋ। ਅੱਛਾ, ਮੈਨੂੰ ਇੱਕ ਗੱਲ ਜਿਹੜਾ ਸਵਾਲ ਹੁਣੇ ਤੁਸੀਂ ਦੱਸਿਆ ਕਿ ਪਰਿਵਾਰ ਇੱਥੇ ਬੜੇ ਸਾਰੇ ਰਹਿੰਦੇ ਸਨ, ਇਹ ਬਲੋਕ 36 ਹੈ, ਇੱਕ ਬਲੋਕ 32 ਦੀ ਇੱਕ ਗਲੀ ਸੀ ਜਿਹਦੇ ਵਿੱਚ ਨਾਨਾਵਟੀ ਰਿਪੋਰਟ ਦੇ ਵਿੱਚ ਵੀ ਜ਼ਿਕਰ ਆਇਆ ਕਿ ਉਸ ਪੂਰੀ ਗਲੀ ਦੇ ਅੰਦਰ ਜਿੱਥੇ ਸ਼ਿਕਲੀਗਰ ਪਰਿਵਾਰ ਦੇ ਲੋਕ ਰਿਹਾ ਕਰਦੇ ਸਨ, ਉਹ 31-32 ਬਲੋਕ ਦੇ ਵਿੱਚ, ਅਤੇ ਉਹ 31-32 ਬਲੋਕ ਦੇ ਅੰਦਰ ਕਹਿੰਦੇ ਕੋਈ ਵੀ ਘਰ ਨਹੀਂ ਛੱਡਿਆ, ਅਤੇ ਉਹ ਜਿਹੜੇ ਪਰਿਵਾਰ ਸਨ ਜਿਹੜੇ ਬਚ ਗਏ ਉਹਨਾਂ 'ਚੋਂ ਜਿਹੜੇ ਕੁਛ ਬਚੇ ਸਨ, ਉਹ ਪਰਿਵਾਰ ਕਿੱਥੇ ਰਹਿ ਰਹੇ ਨੇ? ਇਹ ਤਿਲਕ ਵਿਹਾਰ ਰਹਿ ਰਹੇ ਜੀ। ਉਹ ਜਿਹੜੀ ਵਿਡੋ ਕਲੋਨੀ ਬਣੀ ਉੱਥੇ ਰਹਿ ਰਹੇ ਨੇ? ਹਾਂਜੀ ਹਾਂਜੀ। ਪਿੱਛੇ ਜਿਹੜਾ ਗੁਰਦੁਆਰਾ ਸ਼ਹੀਦਾਂ ਦਾ, ਅਸੀਂ ਉਹਦੇ ਵੀ ਦਰਸ਼ਨ ਕੋਸ਼ਿਸ਼ ਕਰਦੇ ਹਾਂ ਸੰਗਤ ਨੂੰ ਕਰਾਉਣ ਦੇ। ਸੰਗਤ ਜੀ, ਇਹ ਗੱਲ ਅਸੀਂ ਚੇਤੇ ਰੱਖਣੀ ਹੈ ਕਿ ਸੰਸਾਰ ਭਰ ਦੇ ਅੰਦਰ ਇੱਕੋ ਇੱਕ ਵਿਡੋ ਕਲੋਨੀ ਹੈ, ਇੱਕੋ ਵਿਧਵਾ ਕਲੋਨੀ ਹੈ, ਕਲੋਨੀਆਂ ਬੜੀਆਂ ਨੇ, ਵਿਡੋ ਕਲੋਨੀ ਇੱਕ ਹੈ, ਉਹ ਤਿਲਕ ਨਗਰ ਦੇ ਵਿੱਚ ਹੈ। ਭਾਰਤ ਸਰਕਾਰ ਦੇ ਮੱਥੇ ਦੇ ਉੱਤੇ ਇੱਕ ਐਸਾ ਕਲੰਕ, ਇੱਕ ਐਸਾ ਧੱਬਾ ਜਿਹੜਾ ਕਦੇ ਮਿਟਾਇਆ ਨਹੀਂ ਜਾ ਸਕਦਾ, ਧੋਇਆ ਨਹੀਂ ਜਾ ਸਕਦਾ। ਇਹ ਵਿਡੋ ਕਲੋਨੀ ਉਹ ਸਿੱਖ ਔਰਤਾਂ ਦੀ ਕਲੋਨੀ ਹੈ ਜਿਨ੍ਹਾਂ ਨੂੰ, ਜਿਨ੍ਹਾਂ ਦੇ ਪਰਿਵਾਰ ਦੇ ਮੁਖੀਆਂ ਨੂੰ, ਜਿਨ੍ਹਾਂ ਦੇ ਪਤੀ ਨੂੰ ਇਸ ਭੀੜ ਨੇ, ਇੱਕ ਲੋਕਤੰਤਰ ਦੇ ਵੱਲੋਂ ਭੇਜੀ ਗਈ ਭੀੜ, ਇੱਕ ਸਰਕਾਰੀ ਤੰਤਰ ਵੱਲੋਂ ਭੇਜੀ ਗਈ ਭੀੜ, ਜਿਹਦੇ ਵਿੱਚ ਕਾਨੂੰਨ ਵੀ ਪੁਲਿਸ ਦੇ ਰੂਪ ਦੇ ਵਿੱਚ ਆਪਣਾ ਯੋਗਦਾਨ ਨਿਭਾ ਰਿਹਾ ਸੀ, ਉਸ ਭੀੜ ਨੇ ਇਹਨਾਂ ਔਰਤਾਂ ਦੇ ਪਤੀਆਂ ਨੂੰ ਜਿੰਦਾ ਸਾੜਿਆ, ਖਤਮ ਕਰ ਦਿੱਤਾ। ਇਹ ਉਹ ਵਿਡੋ ਕਲੋਨੀ ਹੈ, ਅੱਜ ਵੀ ਤਿਲਕ ਵਿਹਾਰ ਦੇ ਵਿੱਚ ਉਹ ਪਰਿਵਾਰ ਰਹਿ ਰਹੇ ਨੇ। ਜਿਸ ਤਰ੍ਹਾਂ ਨਾਜਰ ਸਿੰਘ ਜੀ ਨੇ ਇਹ ਤਨਤਾਪ ਆਪਣੇ ਉੱਤੇ ਆਪਣੇ ਪਿੰਡੇ 'ਤੇ ਹੰਢਾਇਆ, ਇੱਕ ਪੁੱਤਰ ਜਿਹਦੀ ਉਮਰ 21-22 ਸਾਲਾਂ ਦੀ ਹੋਵੇ, ਜਿਹਦੇ ਸਾਹਮਣੇ ਉਹਦੇ ਸ਼ੇਰ ਵਰਗੇ ਪਿਤਾ ਨੂੰ, ਜੋ ਇੱਕ ਫੌਜੀ ਰਿਟਾਇਰਡ, ਰਿਟਾਇਰਮੈਂਟ ਤੋਂ ਬਾਅਦ ਜੋ ਇੱਕ ਟਰੱਕ ਡਰਾਈਵਰ ਦੇ ਰੂਪ ਦੇ ਵਿੱਚ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਰਿਹਾ, ਇੱਕ ਭੀੜ ਜੋ ਹੈ ਆ ਕੇ, ਉਹ ਸ਼ਖਸ ਜਿਹੜਾ ਪੂਰਾ ਇਲਾਕੇ ਦੇ ਵਿੱਚ ਇੱਕ ਅੱਛਾ ਰੁਤਬਾ ਬਣਾ ਕੇ ਰੱਖਦਾ, ਇੱਜ਼ਤ ਬਣਾ ਕੇ ਰੱਖਦਾ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਆਪਣਾ ਯੋਗਦਾਨ ਦਿੰਦਾ। ਭੀੜ ਨੇ ਜਦੋਂ ਇਸ ਤਰ੍ਹਾਂ ਇਹਨਾਂ ਦੇ ਪਿਤਾ ਜੀ ਨੂੰ ਮਾਰਿਆ, 21-22 ਸਾਲਾਂ ਦੇ ਨੌਜਵਾਨ ਦੇ ਉੱਤੇ ਕੀ ਵਾਪਰਿਆ ਹੋਏਗਾ, ਅਸੀਂ ਇਸ ਦਰਦ ਨੂੰ ਵੀ ਮਹਿਸੂਸ ਕਰਨਾ। ਅਤੇ ਉਸ ਪਿਤਾ ਦੇ ਚਲੇ ਜਾਣ ਤੋਂ ਬਾਅਦ ਇਸ ਪੁੱਤਰ ਦਾ ਅਤੇ ਇਸ ਪੁੱਤਰ ਦੇ ਪਰਿਵਾਰ ਦੇ ਵਿੱਚ ਹੋਰ ਜਿਹੜੇ ਇਹਦੇ ਮਾਂ ਔਰ ਭੈਣਾਂ ਭਰਾਵਾਂ, ਉਹਨਾਂ ਦੇ ਜੀਵਨ ਦੇ ਉੱਤੇ ਜੋ ਪ੍ਰਭਾਵ ਆਇਆ ਉਹ ਸਾਨੂੰ ਦੇਖਣ ਨੂੰ ਮਿਲ ਰਿਹਾ। ਇਹਨਾਂ ਦੇ ਜੀਵਨ ਦੇ ਵਿੱਚ ਇੱਕ ਤੂਫਾਨ ਜੋ ਆਇਆ ਉਹ ਅਜੇ ਤੱਕ ਥੱਲਿਆ ਨਹੀਂ। ਇੱਕ ਬਿਜ਼ਨਸ ਕਰਨ ਵਾਲਾ ਬੰਦਾ ਅੱਜ 5600 ਰੁਪਏ ਮਹੀਨੇ ਦੀ ਨੌਕਰੀ ਕਰਨ ਲਈ ਮਜਬੂਰ ਹੈ। ਇਹ ਇੱਕ ਇਹੋ ਜ਼ਖਮ ਨੇ, ਇੱਕ ਇਹੋ ਜਿਹੇ ਦਰਦ ਨੇ
ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ। ਸਰਕਾਰਾਂ ਅੰਨੀਆਂ ਹੋ ਜਾਂਦੀਆਂ ਨੇ, ਸਰਕਾਰਾਂ ਬੋਲੀਆਂ ਹੋ ਜਾਂਦੀਆਂ ਨੇ, ਉਹਨਾਂ ਨੂੰ ਇਹ ਦੁੱਖ ਦਿਖਦਾ ਨਹੀਂ, ਉਹਨਾਂ ਨੂੰ ਇਹ ਦਰਦ ਸੁਣਦਾ ਨਹੀਂ, ਉਹਨਾਂ ਨੂੰ ਉਹ ਚੀਕਾਂ ਵੀ ਨਹੀਂ ਸੁਣਦੀਆਂ ਜਿਹੜੀਆਂ ਉਸ ਵੇਲੇ 1984 ਦੇ ਵਿੱਚ ਉਹਨਾਂ ਔਰਤਾਂ ਦੇ ਨਾਲ ਵਾਪਰੀਆਂ। ਉਹਨਾਂ ਔਰਤਾਂ ਦੀਆਂ ਚੀਕਾਂ ਜਿਨ੍ਹਾਂ ਦੇ ਪਤੀ ਨੂੰ ਉਹਨਾਂ ਦੀ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ, ਉਹਨਾਂ ਦੀਆਂ ਬੇਟੀਆਂ ਦੀ ਇੱਜ਼ਤ ਜਿਹੜੀ ਹੈ ਸਰੇ ਆਮ ਉੱਥੇ ਲੁੱਟ ਲਿੱਤੀ ਗਈ, ਉਹਨਾਂ ਦੀਆਂ ਚੀਕਾਂ ਵੀ ਸਰਕਾਰ ਨੂੰ ਨਹੀਂ ਸੁਣਦੀਆਂ। ਸਾਡੀ ਕੋਸ਼ਿਸ਼ ਹੈ ਅਕਾਲ ਚੈਨਲ ਦੇ ਰਾਹੀਂ ਅਸੀਂ ਇਹ ਚੀਕਾਂ ਸਰਕਾਰ ਦੇ ਕੰਨਾਂ ਤੱਕ, ਭਾਵੇਂ ਉਹ ਬੋਲੇ ਨੇ ਪਰ ਇਤਨੀ ਜ਼ੋਰ ਦੀ ਇਹ ਚੀਕਾਂ ਉਹਨਾਂ ਦੇ ਕੰਨਾਂ ਤੱਕ ਪਹੁੰਚਾਈਏ ਕਿ ਉਹਨਾਂ ਨੂੰ ਇਹ ਆਵਾਜ਼ਾਂ ਸੁਣ ਸਕਣ, ਕਿਉਂਕਿ ਇਹ ਅੱਜ 33 ਸਾਲ ਪੂਰੇ ਹੋ ਜਾਣ ਦੇ ਬਾਵਜੂਦ ਵੀ ਇੱਕ ਉਮੀਦ, ਇੱਕ ਆਸ ਉਸ ਸਰਕਾਰ ਤੋਂ ਜੋ ਅੰਨੀ ਬੋਲੀ ਹੈ ਕਿ ਕਿਤੇ ਇਹ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਦੇ ਨਾਮ ਮੋਬ, ਉਹ ਪਰਿਵਾਰ ਜਿਨ੍ਹਾਂ ਨੇ ਇਹ ਸੰਤਾਪ ਹੰਡਾਇਆ ਉਹ ਬਾਰ ਬਾਰ ਦੱਸ ਚੁੱਕੀ ਹੈ, ਉਹ ਸਰਕਾਰੀ ਤੰਤਰ ਦੇ ਹਿੱਸੇ ਨੇ, ਉਹਨਾਂ ਨੂੰ ਇਹ ਕੰਮ ਕਰਨ ਦੇ ਬਦਲੇ ਦੇ ਵਿੱਚ ਮਿਨਿਸਟਰੀਆਂ ਮਿਲੀਆਂ, ਅਹੁਦੇ ਮਿਲੇ, ਪੈਸੇ ਮਿਲੇ, ਰੁਤਬੇ ਮਿਲੇ, ਪਰ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਇਹ ਜੀ ਗਵਾਏ ਨੇ ਉਹਨਾਂ ਨੂੰ ਸਿਰਫ ਅਤੇ ਸਿਰਫ ਦੁੱਖ, ਜ਼ਖਮ, ਉਹ ਐਸੇ ਜ਼ਖਮ ਜਿਹੜੇ ਨਾਸੂਰ ਬਣ ਗਏ ਜੋ ਅੱਜ ਤੱਕ ਹਰੇ ਨੇ, ਕਦੇ ਭੁੱਲਦੇ ਨਹੀਂ। ਸੰਗਤ ਜੀ, ਇਹ ਉਹ ਦੁਖਾਂਤ ਹੈ ਜੋ ਭੁਲਾਇਆ ਨਹੀਂ ਜਾ ਸਕਦਾ। ਦਿੱਲੀ ਵਰਗੇ ਉਸ ਸ਼ਹਿਰ ਦੇ ਅੰਦਰ ਜਿਸ ਨੂੰ ਹਿੰਦੁਸਤਾਨ ਦੀ ਰਾਜਧਾਨੀ ਕਿਹਾ ਜਾਂਦਾ ਹੈ, ਜਿੱਥੇ ਕਾਨੂੰਨ ਨਾਮ ਦੀ ਕੋਈ ਚੀਜ਼ ਨਾ ਹੋਵੇ, ਜਿੱਥੇ ਸਰਕਾਰ ਪਰਟੀਕੁਲਰ ਕਿਸੇ ਇੱਕ ਖਾਸ ਕਮਿਊਨਿਟੀ ਦੇ ਲੋਕਾਂ ਨੂੰ ਚੁਣ ਚੁਣ ਕੇ ਸਰੇ ਆਮ ਸਾੜ ਦੇਵੇ, ਫਿਰ ਕਿਤੇ ਕੋਈ FIR ਦਰਜ ਨਾ ਹੋਵੇ, ਕਿਤੇ ਕੋਈ ਕਿਸੇ ਬੰਦੇ ਦੇ ਉੱਤੇ ਕੇਸ ਨਾ ਪਿਆ ਹੋਵੇ, ਕਿਸੇ ਨੂੰ ਸਜ਼ਾ ਨਾ ਮਿਲੀ ਹੋਵੇ। ਸੰਗਤ ਜੀ, ਮੈਂ ਆਪ ਇਸ 1984 ਦੇ ਸੰਤਾਪ ਨੂੰ ਹੰਡਾਇਆ, ਮੇਰੀ ਉਮਰ ਉਸ ਵੇਲੇ 13 ਸਾਲਾਂ ਦੀ ਸੀ। ਦਿੱਲੀ ਦੇ ਅੰਦਰ ਭਜਨਪੁਰੇ ਦੇ ਵਿੱਚ ਇੱਕ ਗਲੀ ਗਾਮੜੀ ਕਲੋਨੀ ਦੇ ਅੰਦਰ 9 ਪਰਿਵਾਰ ਰਹਿੰਦੇ ਸਨ, ਜਿਹਦੇ ਵਿੱਚੋਂ ਇੱਕ ਪਰਿਵਾਰ ਸਾਡੇ ਤਾਇਆ ਜੀ ਦਾ ਸੀ। ਤਾਇਆ ਜੀ ਦੇ 4 ਪੁੱਤਰ ਸਨ, ਅੱਗੋਂ 2 ਪੋਤਰੀਆਂ ਅਤੇ 2 ਪੋਤਰੇ, ਨੂੰਹਾਂ ਉਹ ਸਾਡੇ ਤਾਇਆ ਜੀ ਸਰਦਾਰ ਜਰਨੈਲ ਸਿੰਘ ਜੀ, ਜਿਨ੍ਹਾਂ ਦੇ ਗਲੇ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ। ਮੇਰੇ ਤਾਇਆ ਜੀ ਦੇ 2 ਪੁੱਤਰ, ਮੇਰੇ ਭਰਾ ਕਜ਼ਨ ਬ੍ਰਦਰ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇੱਕ ਸਾਡਾ ਭਤੀਜਾ ਜੋ ਆਪਣੇ ਪਿਤਾ ਨੂੰ ਸੜਦੇ ਹੋਏ ਨੂੰ ਭੱਜ ਕੇ ਰੋਂਦਾ ਹੋਇਆ ਜੱਫੀ ਪਾ ਲੈਂਦਾ, ਉਹ ਵੀ ਸ਼ਹੀਦ ਹੋ ਗਿਆ। ਕੋਈ ਕਿਸੇ ਕਾਰਵਾਈ ਦੇ ਵਿੱਚ ਨਹੀਂ, ਕੋਈ FIR ਨਹੀਂ। ਮੈਨੂੰ ਚੇਤੇ ਆ 8ਵੀਂ ਜਮਾਤ ਵਿੱਚ ਮੈਂ ਪੜ੍ਹਦਾ ਸਾਂ, ਉਦੋਂ ਜਿਸ ਵੇਲੇ ਅਸੀਂ ਉੱਥੇ ਉਹਨਾਂ ਦੀਆਂ ਅਸਥੀਆਂ ਭਾਵ ਫੁੱਲ ਚੁਗਣ ਲਈ ਗਏ, 9 ਘਰ ਸਨ, ਸਾਰੇ ਦੇ ਸਾਰੇ ਘਰ ਐਂ ਲੀਪਾ ਪੋਤੀ ਕਰਕੇ ਸਾਫ਼ ਕੀਤੇ ਹੋਏ ਸਨ। ਸਾਨੂੰ ਅੜੋਸ ਪੜੋਸ ਨੇ ਜਾਣਕਾਰੀ ਦਿੱਤੀ ਕਿ ਸਰਕਾਰੀ ਗੱਡੀਆਂ ਆਈਆਂ ਸਨ, ਉਹਨਾਂ ਨੇ ਇੱਥੋਂ ਸਾਰਾ ਕੁਛ ਜੋ ਕੋਈ ਸਮਾਨ ਸੀ ਜਾਂ ਜੋ ਵੀ ਸਵਾਹ ਸੀ, ਰਾਖ ਸੀ, ਜੋ ਵੀ ਫੁੱਲ ਅਸਥੀਆਂ ਸਨ, ਉਹ ਸਾਰਾ ਇਕੱਠਾ ਕਰਕੇ ਇੱਕ ਗੱਡੀ 'ਚ ਪਾਇਆ ਔਰ ਇਹ ਜ਼ਵਾਦੀ ਦਰਵਾਜ਼ਿਆਂ ਦੇ ਉੱਤੇ ਮਕਾਨ ਦੇ ਅੰਦਰ ਸਫੇਦੀਆਂ ਮਰਵਾ ਕੇ ਸਬੂਤ ਮਿਟਾਏ ਗਏ। ਗੁਰਦੁਆਰਾ ਗਾਮੜੀ ਦਾ ਸਿੰਘ ਸਭਾ ਜੋ ਤਕਰੀਬਨ 20 ਸਾਲ ਤੱਕ ਪੁਲਿਸ ਚੌਂਕੀ ਦੇ ਰੂਪ ਦੇ ਵਿੱਚ ਰਿਹਾ, ਉਸ ਪੂਰੇ ਗੁਰਦੁਆਰੇ ਨੂੰ ਸਾੜ ਦਿੱਤਾ ਗਿਆ ਸੀ। ਉਹ ਜਾ ਕੇ 1996-98 ਦੇ ਵਿੱਚ ਜਾ ਕੇ ਉਹ ਗੁਰਦੁਆਰਾ ਆਜ਼ਾਦ ਹੋਇਆ। ਪਰ ਇਹ ਸਿਸਟਮ, ਇਹ ਸਰਕਾਰ, ਅੰਨੀ ਬੋਲੀ ਸਰਕਾਰ, ਇਸ ਨੂੰ ਨਹੀਂ ਨਜ਼ਰ ਆਇਆ ਔਰ ਨਾ ਹੀ ਅੱਜ ਤੱਕ ਨਜ਼ਰ ਆਇਆ। ਇੱਕ ਵੀ ਬੰਦਾ ਦੋਸ਼ੀ ਨਹੀਂ, ਹਜ਼ਾਰਾਂ ਦੀ ਗਿਣਤੀ ਦੇ ਅੰਦਰ 3 ਦਿਨਾਂ ਦੇ ਅੰਦਰ ਸਰੇਆਮ ਸਿੱਖਾਂ ਨੂੰ ਜਿੰਦਾ ਸਾੜਿਆ ਗਿਆ। ਜਿਹੜਾ ਮਾਲੀ ਨੁਕਸਾਨ ਹੋਇਆ ਉਹਦੀ ਤਾਂ ਕੋਈ ਕੈਲਕੂਲੇਸ਼ਨ ਹੀ ਨਹੀਂ ਹੈ। ਦੁਕਾਨਾਂ ਲੁੱਟ ਲਿੱਤੀਆਂ ਗਈਆਂ, ਸ਼ੋਰੂਮ ਲੁੱਟ ਲਿੱਤੇ ਗਏ, ਘਰਾਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ, ਘਰ ਤੋਂ ਬੇਘਰ ਕਰ ਦਿੱਤਾ ਗਿਆ। ਪਰ ਜਿਹੜੀ ਮੇਰੇ ਗੁਰੂ ਦੀ ਜੋ ਕਮਾਲ ਦੀ ਚੀਜ਼ ਸਾਨੂੰ ਜੋ ਦਾਤ ਬਖਸ਼ੀ ਹੈ ਕਿ ਅੱਜ ਵੀ ਸਾਡੇ ਸਿੱਖ ਵੀਰਾਂ ਦੇ ਹੱਥ ਇੱਦਾਂ ਨੇ, ਉਹ ਦਿੰਦੇ ਆ ਅੱਜ ਵੀ। ਇਹ ਲੋਕ ਅੱਜ ਵੀ ਮੰਗਦੇ ਆ, ਇਹ ਲੁੱਟਣ ਵਾਲੇ, ਇਹ ਸਾਨੂੰ ਮਾਰਨ ਵਾਲੇ, ਇਹ ਅੱਜ ਵੀ ਮੰਗਦੇ ਆ, ਪਰ ਸਿੱਖ ਅੱਜ ਵੀ ਗੁਰੂ ਦਾ ਉਹ ਦਿੰਦਾ। ਅੱਜ ਵੀ ਲੰਗਰ ਲੱਗ ਰਹੇ ਨੇ, ਅੱਜ ਵੀ ਗੁਰਦੁਆਰੇ ਖੁੱਲ੍ਹੇ ਨੇ ਹਰ ਕਮਿਊਨਿਟੀ ਲਈ। ਨਹੀਂ ਪੁੱਛੀ ਜਾਂਦੀ ਕਿਸੇ ਦੀ ਜਾਤ, ਨਹੀਂ ਪੁੱਛਿਆ ਜਾਂਦਾ ਕਿਸੇ ਦਾ ਧਰਮ, ਰਹਿਣ ਲਈ ਥਾਂ ਅਤੇ ਖਾਣ ਲਈ ਲੰਗਰ, ਸਭ ਕੁਛ ਦਿੱਤਾ ਜਾਂਦਾ। ਪਰ ਸਾਡਾ ਜਿਹੜਾ ਦੁੱਖ ਹੈ, ਸਾਡੀ ਜਿਹੜੀ ਟੀਸ ਹੈ ਕਿ ਸਾਡੇ ਆਪਣੇ ਦੇਸ਼ ਦੇ ਅੰਦਰ, ਸਾਡੇ ਆਪਣੇ ਦੇਸ਼ ਦੀ ਰਾਜਧਾਨੀ ਦੇ ਅੰਦਰ ਸਰੇਆਮ ਸੜਕਾਂ ਦੇ ਉੱਤੇ 2-3 ਦਿਨਾਂ ਦੇ ਅੰਦਰ ਹਜ਼ਾਰਾਂ ਲੋਕ ਸਿੱਖ ਕਮਿਊਨਿਟੀ ਦੇ ਪੱਗਾਂ ਵਾਲੇ ਚੁਣ ਚੁਣ ਕੇ ਜਿੰਦਾ ਸਾੜ ਦਿੱਤੇ ਜਾਣ,
ਪਰ ਕੋਈ ਇੱਕ ਕੇਸ ਦਰਜ ਨਾ ਹੋਵੇ, ਕਿਸੇ ਇੱਕ ਨੂੰ ਸਜ਼ਾ ਨਾ ਹੋਵੇ, ਕਿਸੇ ਦੇ ਉੱਤੇ ਕੋਈ ਕੇਸ ਨਾ ਬਣੇ, ਕੋਈ ਐੱਫ ਆਈ ਆਰ ਨਾ ਬਣੇ। ਇਹਦਾ ਜਵਾਬ ਅਸੀਂ ਸਰਕਾਰ ਤੋਂ ਮੰਗਦੇ ਹਾਂ ਅਕਾਲ ਚੈਨਲ ਰਾਹੀਂ ਕਿ ਇਹ ਸਰਕਾਰ ਜੋ ਹੈ ਇਹਦਾ ਜਵਾਬ ਦੇਵੇ। ਇਹ ਕੌਣ ਸਨ, ਕਿੱਥੋਂ ਆਏ ਸਨ, ਇਹ ਕਿਹੜੇ ਦੇਸ਼ ਦੇ ਲੋਕ ਸਨ ਜਿਹੜੇ ਸਾਡੀ ਰਾਜਧਾਨੀ ਦੇ ਵਿੱਚ ਸਾਡੇ ਕਾਨੂੰਨ ਨੂੰ ਇਸ ਤਰ੍ਹਾਂ ਛਿੱਕੇ 'ਤੇ ਟੰਗ ਕੇ ਇਹੋ ਜਿਹਾ ਕੰਮ ਕਰ ਗਏ। ਮੈਨੂੰ ਇੱਕ ਮੁਸਲਮਾਨ ਸ਼ਾਇਰ ਮੁਹੰਮਦ ਇਕਬਾਲ ਦਾ ਇੱਕ ਸ਼ੇਰ ਚੇਤੇ ਆਉਂਦਾ ਵਾਰ ਵਾਰ। ਉਹ ਲਿਖਦਾ, ਮੁੱਦਤ ਹੋ ਗਈ ਹੈ ਜ਼ੁਲਮ ਸਹਿਤੇ ਹੋਏ, ਮੁੱਦਤ ਹੋ ਗਈ ਹੈ ਜ਼ੁਲਮ ਸਹਿਤੇ ਹੋਏ, ਅਬ ਤੋ ਸ਼ਰਮ ਆਤੀ ਹੈ ਇਸ ਮੁਲਕ ਕੋ ਵਤਨ ਕਹਿਤੇ ਹੋਏ, ਅਬ ਤੋ ਸ਼ਰਮ ਆਤੀ ਹੈ ਇਸ ਮੁਲਕ ਕੋ ਵਤਨ ਕਹਿਤੇ ਹੋਏ। ਕੀ ਅਸੀਂ ਇਹਨੂੰ ਵਤਨ ਕਹਿ ਸਕਦੇ ਹਾਂ ਜਿੱਥੇ ਸਾਡੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਜਿੱਥੇ ਕਾਨੂੰਨ ਨਾਮ ਦੀ ਕੋਈ ਚੀਜ਼ ਨਾ ਹੋਵੇ, ਜਿੱਥੇ ਸਰੇਆਮ ਸਾਨੂੰ ਸਾੜਿਆ ਜਾਏ, ਮਾਰਿਆ ਜਾਏ, ਫਿਰ ਕੋਈ ਕੇਸ ਦਰਜ ਨਾ ਹੋਵੇ, ਕਿਸੇ ਕਾਨੂੰਨ ਦੇ ਵਿੱਚ, ਕਿਸੇ ਸਰਕਾਰ ਦੇ ਵਿੱਚ, ਕਿਸੇ ਦਰਬਾਰ ਦੇ ਵਿੱਚ ਸਾਡੀ ਕੋਈ ਆਵਾਜ਼ ਨਾ ਸੁਣੀ ਜਾਵੇ, ਅਸੀਂ ਸਰਕਾਰ ਤੋਂ ਜਵਾਬ ਚਾਹੁੰਦੇ ਹਾਂ। 1984 ਤੇ ਇਹ 33 ਸਾਲ ਜਿਨ੍ਹਾਂ ਲੋਕਾਂ ਨੇ ਆਪਣੇ 'ਤੇ ਹੰਡਾਏ ਨੇ, ਇਹ ਦਰਦ, ਇਹ ਤਕਲੀਫ, ਇਹ ਉਹਨਾਂ ਨੂੰ ਪਤਾ ਹੈ। ਜਿਸ ਤਨ ਲੱਗੇ ਸੋ ਤਨ ਜਾਣੇ, ਕੌਣ ਜਾਣੇ ਪੀਰ ਪਰਾਈ। ਇਹ ਨਾਜਰ ਸਿੰਘ ਜੀ ਵਰਗੇ ਉਹ ਪਰਿਵਾਰ ਜਿਨ੍ਹਾਂ ਨੇ ਇਹ ਤਸ਼ੱਦਦ ਆਪਣੇ 'ਤੇ ਭੋਗਿਆ, ਇਹ ਉਹਨਾਂ ਦਾ ਸੰਤਾਪ ਹੈ, ਇਹ ਸਿੱਖ ਕਮਿਊਨਿਟੀ ਦਾ ਸੰਤਾਪ ਹੈ। ਅਤੇ ਅਕਾਲ ਚੈਨਲ ਆਪਣੀ ਇਸ ਸਿੱਖ ਕਮਿਊਨਿਟੀ ਦੇ ਲਈ ਹਮੇਸ਼ਾ ਅੱਗੇ ਵੱਧ ਕੇ ਇਹੋ ਜਿਹੇ ਮੁੱਦਿਆਂ ਨੂੰ ਲੈ ਕੇ ਆਉਂਦਾ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਆਵਾਜ਼ ਅੱਗੇ ਜਾਵੇ ਅਤੇ ਇਹਦਾ ਕੋਈ ਹੱਲ ਨਿਕਲ ਸਕੇ। ਇਸ ਉਮੀਦ ਦੇ ਨਾਲ ਅੱਜ 1984 ਦੇ ਇਹਨਾਂ 34 ਸਾਲਾਂ ਦੇ ਇਸ ਸਫ਼ਰ ਦੇ ਵਿੱਚ ਇਹੋ ਜਿਹੇ ਜਿਹੜੇ ਲੋਕ, ਜਿਹੜੇ ਸਿੱਖ ਕਮਿਊਨਿਟੀ ਦੇ ਜਿਨ੍ਹਾਂ ਨੇ ਆਪਣੇ 'ਤੇ ਤਸ਼ੱਦਦ ਹੰਡਾਇਆ, ਉਹਨਾਂ 'ਚੋਂ ਸੇਖ ਨਾਜਰ ਸਿੰਘ ਜੀ ਦੇ ਨਾਲ ਆਪ ਜੀ ਦੀ ਮੁਲਾਕਾਤ ਕਰਾਈ ਹੈ। ਉਹ ਲੋਕ ਬੜੇ ਸਾਰੇ ਐਸੇ 33-34 ਸਾਲਾਂ ਦੇ ਵਿੱਚ ਜਿਹੜੇ ਇਸ ਸੰਸਾਰ ਤੋਂ ਅਲਵਿਦਾ ਹੋ ਗਏ ਜਾਂ ਇਸ ਸ਼ਹਿਰ ਨੂੰ ਛੱਡ ਕੇ ਚਲੇ ਗਏ, ਬਹੁਤ ਘੱਟ ਨੇ। ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਭਣਾ ਮੁਸ਼ਕਲ ਹੋ ਜਾਏਗਾ, ਕਿਤਾਬਾਂ ਦੀਆਂ ਗੱਲਾਂ ਬਣ ਕੇ ਰਹਿ ਜਾਣਗੀਆਂ। ਕੋਈ ਇਹੋ ਜਿਹਾ ਆਪ ਬੋਲਣ ਵਾਲਾ ਸਾਨੂੰ ਨਹੀਂ ਲੱਭਣਾ ਜਿਹੜਾ ਇਹ ਦੱਸ ਸਕੇ ਕਿ 1984 ਦੇ ਵਿੱਚ ਮੇਰੇ ਨਾਲ ਕੀ ਵਾਪਰਿਆ ਸੀ। ਇਸ ਉਮੀਦ ਦੇ ਨਾਲ 1984 ਦੇ ਇਹਨਾਂ 33 ਸਾਲਾਂ ਦੇ ਇਸ ਦੁੱਖ ਨੂੰ, ਇਸ ਤਸ਼ੱਦਦ ਨੂੰ, ਇਸ ਕਤਲੇਆਮ ਨੂੰ, ਇਸ ਇਤਿਹਾਸ ਨੂੰ, ਇਹਨਾਂ ਜ਼ਖਮਾਂ ਨੂੰ ਤਰੋ ਤਾਜ਼ੇ ਕਰਦਿਆਂ ਹੋਇਆਂ ਅਕਾਲ ਚੈਨਲ ਦੀ ਸਾਰੀ ਟੀਮ ਵੱਲੋਂ ਇਹ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਗਿਆ। ਗੁਰੂ ਸਾਹਿਬ ਕਿਰਪਾ ਕਰਨ ਕਿ ਇਹੋ ਜਿਹੇ ਸਾਡੇ ਵੀਰ ਅਤੇ ਉਹ ਪਰਿਵਾਰ ਜਿਨ੍ਹਾਂ 'ਤੇ ਇਹ ਸਭ ਕੁਝ ਜ਼ੁਲਮ ਹੋਇਆ, ਉਹਨਾਂ ਨੂੰ ਨਿਆਂ ਮਿਲ ਸਕੇ, ਇਸ ਆਸ ਦੇ ਨਾਲ, ਇਸ ਉਮੀਦ ਦੇ ਨਾਲ ਇਹ ਪ੍ਰੋਗਰਾਮ ਆਪ ਜੀ ਦੀ ਨਜ਼ਰ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਸ ਵੇਲੇ ਅਸੀਂ ਆਪ ਜੀ ਨੂੰ ਲੈ ਕੇ ਆਏ ਹਾਂ ਸਰ ਨਾਜਰ ਸਿੰਘ ਜੀ ਦੇ ਘਰ। ਇਹ ਉਹ ਨਾਜਰ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਿਭਾਉਂਦੇ ਨੇ ਇੱਕ ਸੇਵਾਦਾਰ ਦੀ, ਇਹ ਉਹਨਾਂ ਦਾ ਘਰ ਹੈ। 1984 ਦੇ ਵਿੱਚ ਹੀ ਇਸ ਘਰ ਦੇ ਵਿੱਚੋਂ ਹੀ ਇਹਨਾਂ ਦੇ ਪਿਤਾ ਜੀ ਨੂੰ ਮੋਬ ਨੇ ਪਕੜ ਕੇ ਬਾਹਰ ਕੱਢਿਆ ਅਤੇ ਇਹਨਾਂ ਦੇ ਘਰ ਦੇ ਬਿਲਕੁਲ ਠੀਕ ਸਾਹਮਣੇ ਜਿਹੜਾ ਸਰਕਾਰੀ ਖੰਭਾ ਹੈ ਉਹਦੇ ਨਾਲ ਇਹਨਾਂ ਦੇ ਪਿਤਾ ਜੀ ਨੂੰ ਫੜ ਕੇ ਬੰਨਿਆ ਗਿਆ ਔਰ ਉੱਥੇ ਸ਼ਹੀਦ ਕੀਤਾ ਗਿਆ। ਇਹ ਹੁਣ ਨਾਜਰ ਸਿੰਘ ਜੀ ਦੱਸਣਗੇ ਕਿ ਇਹ ਸਾਰਾ ਹਾਦਸਾ ਕਿਸ ਤਰ੍ਹਾਂ ਵਾਪਰਿਆ। ਨਾਜਰ ਸਿੰਘ ਜੀ, ਇਹ ਕਿਸ ਤਰ੍ਹਾਂ ਇਹ ਸਾਰੀ ਘਟਨਾ ਜਿਹੜੀ ਹੋਈ? ਇਹ ਪਿਤਾ ਜੀ ਨੂੰ ਜਿਸ ਟਾਈਮ ਆਵਾਜ਼ ਮਾਰੀ ਗਈ ਕਿ ਵੀ ਮਤਲਬ ਮੋਟਾ ਸਦਾ ਟਰੱਕ ਵਾਲਾ ਉਹ ਖੜ੍ਹਾ, ਉਸ ਟਾਈਮ ਉਹਨਾਂ ਦੇ ਦੋਨੋਂ ਹੱਥ, ਇੱਕ ਦੋ ਬੰਦਿਆਂ ਨੇ ਇੱਧਰੋਂ ਪਕੜ ਲਏ ਸੱਜੇ ਹੱਥ ਤੋਂ, ਦੋ ਨੇ ਖੱਬੇ ਤੋਂ ਪਕੜੇ ਅਤੇ ਉਹਨਾਂ ਦੇ ਕਿਰਪਾਨ ਜਿਸ ਟਾਈਮ ਮਾਰੀ ਉਹਨਾਂ ਨੇ ਹੱਥ ਦੇ ਨਾਲ ਰੋਕੀ ਅਤੇ ਉਹਨਾਂ ਦਾ ਹੱਥ ਵੱਢਿਆ ਗਿਆ। ਉਸ ਤੋਂ ਬਾਅਦ ਅਤੇ ਉਹਨਾਂ ਨੇ ਬਰਛੇ ਮਾਰੇ, ਬਰਛੇ ਮਾਰਨ ਤੋਂ ਬਾਅਦ ਉਹਨਾਂ ਦੀਆਂ ਲੱਤਾਂ ਉਹ ਕੀਤੀਆਂ, ਫਿਰ ਆ ਸਿਰ 'ਚ ਜਿਸ ਟਾਈਮ ਉਹਨਾਂ ਨੇ ਨਾ ਮਤਲਬ ਆ ਖੁਖਰੀ ਜਿੱਥੇ ਮਾਰੀ ਸੀ ਵੀ ਉਹ ਹੱਥ ਰੱਖਿਆ ਹੋਇਆ ਝੁੱਕੇ ਅਤੇ ਉਹ ਨੀਚੇ ਗਿਰ ਗਏ, ਉਹਨਾਂ ਦੀ ਖੋਪੜੀ ਉੱਪਰ ਉੱਠ ਗਈ, ਮਤਲਬ ਵੀ ਪਤਾ ਨਹੀਂ ਕੀ ਐਸੀ ਚੀਜ਼ ਮਾਰੀ ਉਹਨਾਂ ਨੇ। ਉਸ ਤੋਂ ਬਾਅਦ ਇਹ ਜਿਸ ਟਾਈਮ ਗਿਰ ਗਏ ਅਤੇ ਮਿੱਟੀ ਦਾ ਤੇਲ ਅੰਦਰੋਂ ਲਿਆ, ਤੇਲ ਲੈ ਕੇ ਬਾਣ 'ਚ ਮੰਜੀ ਦਾ ਪਾ ਕੇ ਅਤੇ ਮਤਲਬ ਅੱਗ ਲਗਾ ਤੀ, ਫਿਰ ਵੀ ਉਹ ਜਿਸ ਟਾਈਮ ਤੱਕ ਸਾਹ ਰਹੇ ਉਹ ਅਰਛਾ ਮਤਲਬ ਕਲੇਜੇ 'ਚ ਵਸਾ ਕੇ ਰੱਖਿਆ ਜਦ ਤੱਕ ਉਹ ਖਤਮ ਨਹੀਂ ਹੋਏ। ਹਾਂਜੀ ਹਾਂਜੀ, ਇਹ ਖੰਭੇ ਦੇ ਕੋਲ ਗਿਰੇ ਆ ਨਾ ਮਤਲਬ ਵੀ, ਹਾਂਜੀ ਹਾਂਜੀ ਹਾਂ ਹਾਂਜੀ, ਐਸੇ ਜਗ੍ਹਾ ਹੀ। ਇਹ ਤੇਜਾ ਸਿੰਘ ਅੰਕਲ ਜੀ ਨੂੰ ਨਾ ਜਿਸ ਟਾਈਮ ਉਹਨਾਂ ਦੇ ਸਿਰ 'ਚ ਪੈਟਰੋਲ ਪਾਉਂਦੇ ਸੀ ਅਤੇ ਉਹਨਾਂ ਨੂੰ ਭਜਾਉਂਦੇ ਸੀ ਅਤੇ ਉਹ ਬੋਲੇ ਸੌ ਨਿਹਾਲ ਕਹਿੰਦੇ ਹੋਏ ਭੱਜ ਕੇ ਜਾਂਦੇ ਸੀ ਅਤੇ ਫਿਰ ਉਹਨਾਂ ਨੂੰ ਫੜ ਕੇ ਲਿਆਇਆ ਜਾਂਦਾ ਸੀ।
ਫਿਰ ਉਹਨਾਂ ਦੇ ਸਿਰ 'ਚ ਫਿਰ ਪੈਟਰੋਲ ਲਿਆ ਕੇ ਪਾਉਂਦੇ ਸੀ, ਫਿਰ ਭਜਾਉਂਦੇ ਸੀ ਉਹਨਾਂ ਨੂੰ, ਮਤਲਬ ਜਿਸ ਟਾਈਮ ਫਿਰ ਉਹ ਬੋਲਦੇ ਸੀ ਉਸ ਟਾਈਮ ਫਿਰ ਉਹਨਾਂ ਨੂੰ ਮਾਰ ਦਿੱਤਾ ਗਿਆ ਉੱਥੇ। ਸੰਗਤ ਜੀ, ਇਹ ਉਹ ਤਸ਼ੱਦਦ ਹੈ ਜੋ ਇੱਕ ਇਨਸਾਨ ਦੇ ਉੱਤੇ ਇਨਸਾਨ ਵੱਲੋਂ ਕੀਤਾ ਗਿਆ, ਅਤੇ ਪਰ ਇਨਸਾਨ ਦੇ ਰੂਪ ਦੇ ਵਿੱਚ ਉਹ ਭੇੜੀਏ, ਉਹ ਸਰਕਾਰੀ ਅਨਸਰ, ਸਰਕਾਰੀ ਗੁੰਡੇ ਸਨ ਜਿਨ੍ਹਾਂ ਨੇ ਇਸ ਤਰ੍ਹਾਂ ਜ਼ੁਲਮ ਕੀਤਾ। ਇਹ ਅੱਜ ਦਾ ਜੋ ਇਹ 1984 ਦਾ ਖਾਸ ਪ੍ਰੋਗਰਾਮ ਹੈ, ਇਸ ਵੇਲੇ ਅਸੀਂ ਆਪ ਜੀ ਨੂੰ ਹੁਣ ਲੈ ਕੇ ਚੱਲ ਰਹੇ ਹਾਂ ਇਸ ਕਲੋਨੀ ਦੇ ਵਿੱਚ, ਉਸ ਗੁਰਦੁਆਰੇ ਦੇ ਅੰਦਰ ਜਿੱਥੇ ਗੁਰਦੁਆਰੇ ਦੇ ਅੰਦਰ ਉਹ ਸ਼ਹੀਦੀ ਅਸਥਾਨ ਬਣਿਆ ਹੋਇਆ ਉਹਨਾਂ ਸ਼ਹੀਦਾਂ ਦਾ, ਜਿਹੜੇ 1984 ਦੇ ਵਿੱਚ ਇਸ ਤਰ੍ਹਾਂ ਸ਼ਹੀਦ ਕਰ ਦਿੱਤੇ ਗਏ। ਸੰਗਤ ਜੀ, ਤੁਸੀਂ ਦੇਖ ਰਹੇ ਹੋ ਅਕਾਲ ਚੈਨਲ, ਅਤੇ ਅਕਾਲ ਚੈਨਲ ਦੀ ਖਾਸ ਰਿਪੋਰਟ 1984 ਦੇ 33 ਸਾਲ, ਇਹ ਉਹ ਦੁੱਖ, ਇਹ ਉਹ ਤਕਲੀਫ ਉਹਨਾਂ ਪਰਿਵਾਰਾਂ ਦੀ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਜਿੰਦਾ ਸਾੜ ਦਿੱਤੇ ਗਏ, ਇਹ ਉਹ ਤਸ਼ੱਦਤ, ਸਰਕਾਰ ਵੱਲੋਂ ਕੀਤੇ ਗਏ ਉਸ ਜ਼ੁਲਮ ਦੀ ਕਹਾਣੀ ਇਸ ਪ੍ਰੋਗਰਾਮ ਰਾਹੀਂ ਅਸੀਂ ਬਿਆਨ ਕਰ ਰਹੇ ਹਾਂ। ਸੰਗਤ ਜੀ, ਅੱਜ ਅਸੀਂ ਆਪ ਜੀ ਨੂੰ ਤ੍ਰਿਲੋਕਪੁਰੀ ਦੇ ਵਾਰਡ 31-32 ਦੇ ਗੁਰਦੁਆਰਾ ਸ਼ਹੀਦਾਂ 'ਤੇ ਲੈ ਕੇ ਗਏ ਸੀ। ਉਸ ਤੋਂ ਬਾਅਦ ਅਸੀਂ ਇੱਕ ਪਰਿਵਾਰ ਨੂੰ ਇੱਥੇ ਮਿਲ ਰਹੇ ਹਾਂ। ਮੇਰੇ ਠੀਕ ਪਿੱਛੇ ਆਪ ਜੀ ਦੇਖ ਰਹੇ ਹੋ ਕਿ ਇਹ ਬਹੁਤ ਹੀ ਖੂਬਸੂਰਤ ਨੌਜਵਾਨ, ਇੱਕ ਸਿੱਖ ਫੌਜੀ ਦੀ ਤਸਵੀਰ ਹੈ ਜਿਨ੍ਹਾਂ ਦਾ ਨਾਮ ਸਰਦਾਰ ਤੇਜਾ ਸਿੰਘ। 1984 ਦੇ ਸਮੇਂ ਇਸੇ ਤਰ੍ਹਾਂ ਇਸ ਫੌਜੀ ਸਿੱਖ ਨੇ ਯੂਨੀਫਾਰਮ ਦੇ ਵਿੱਚ ਸ਼ਹੀਦੀ ਦਿੱਤੀ ਹੈ। ਉਹਨਾਂ ਗੁੰਡਾ ਅਨਸਰਾਂ ਨੇ, ਉਸ ਭੀੜ ਨੇ ਇਹ ਵੀ ਨਹੀਂ ਦੇਖਿਆ ਕਿ ਇਹ ਫੌਜ ਦਾ ਸਿਪਾਹੀ ਹੈ। ਉਹਨੇ ਸਿਰਫ ਇਹ ਦੇਖਿਆ ਜੋ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਸਿੱਖ ਨੂੰ ਛੱਡਣਾ ਨਹੀਂ ਹੈ। ਅਤੇ ਇਸ ਫੌਜ ਦੀ ਯੂਨੀਫਾਰਮ ਦੇ ਵਿੱਚ ਵੀ ਇਹਨਾਂ ਦੇ ਗਲੇ ਦੇ ਵਿੱਚ ਟਾਇਰ ਪਾ ਕੇ ਇਹਨਾਂ ਨੂੰ ਜਿੰਦਾ ਸਾੜ ਦਿੱਤਾ ਗਿਆ। ਸੰਗਤ ਜੀ, ਇਸ ਵੇਲੇ ਸਰਦਾਰ ਫੌਜਾ ਸਿੰਘ ਜੀ ਦੀ ਛੋਟੀ ਬਿਟੀਆ, ਇਹਨਾਂ ਦੇ ਪਰਿਵਾਰ ਦੇ ਵਿੱਚ ਕੁੱਲ ਇਹਨਾਂ ਦੇ 7 ਬੱਚੇ, ਜਿਨ੍ਹਾਂ ਵਿੱਚ 6 ਬੱਚੀਆਂ ਅਤੇ 1 ਬੇਟਾ ਸੀ। ਸਭ ਤੋਂ ਛੋਟੀ ਬੇਟੀ ਜੋ ਉਸ ਵੇਲੇ ਸਿਰਫ 2 ਮਹੀਨੇ ਦੀ ਸੀ, ਅਸੀਂ ਉਸ ਬੱਚੀ ਦੇ ਨਾਲ ਇੱਥੇ ਹੁਣ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰ੍ਹਾਂ 2 ਮਹੀਨੇ ਦੀ ਉਸ ਬੱਚੀ ਨੂੰ, ਜਿਹਨੂੰ ਕੋਈ ਹੋਸ਼ ਨਹੀਂ, ਜਿਹਦੇ ਸਿਰ ਤੋਂ ਉਸਦੇ ਪਿਤਾ ਦਾ ਸਾਇਆ ਉੱਠਿਆ, ਉਸ ਬੱਚੀ ਨੇ ਆਪਣਾ ਬਚਪਨ ਪਿਤਾ ਤੋਂ ਬਿਨਾਂ, ਅਤੇ ਫਿਰ ਬਚਪਨ ਤੋਂ ਇਹ ਜਵਾਨੀ ਤੱਕ ਪਿਤਾ ਤੋਂ ਬਿਨਾਂ ਇਹ ਸਮਾਂ ਕਿਸ ਤਰ੍ਹਾਂ ਬਤੀਤ ਕੀਤਾ, ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਬੇਟਾ ਜੀ, ਤੁਸੀਂ ਦੱਸੋਗੇ ਤੁਹਾਡਾ ਨਾਮ ਕੀ ਹੈ? ਜੀ, ਮੇਰਾ ਨਾਮ ਰਵਿੰਦਰ ਕੌਰ ਹੈਗਾ। ਰਵਿੰਦਰ ਕੌਰ ਜੀ, ਤੁਸੀਂ ਸਾਨੂੰ ਦੱਸਿਆ ਕਿ ਤੁਹਾਡੀ ਉਮਰ ਸਿਰਫ 2 ਮਹੀਨੇ ਦੀ ਸੀ ਕਿ ਜਦੋਂ ਤੁਹਾਡੇ ਪਿਤਾ ਜੀ ਨੂੰ 1984 ਦੇ ਵਿੱਚ ਭੀੜ ਵੱਲੋਂ ਜਿੰਦਾ ਸਾੜਿਆ ਗਿਆ। ਤੁਸੀਂ ਇਹ ਗੱਲਾਂ ਜਿਹੜੀਆਂ ਨੇ ਉਹ ਆਪਣੇ ਵੱਡੇ ਭੈਣ ਭਰਾ, ਆਪਣੀ ਮੰਮੀ ਤੋਂ ਇਹ ਸੁਣੀਆਂ ਨੇ, ਇਹ ਸਾਨੂੰ ਇੱਕ ਅਕਾਲ ਚੈਨਲ ਰਾਹੀਂ ਸੰਗਤ ਨਾਲ ਇਹ ਜ਼ਰੂਰ ਸਾਂਝ ਪਾਓ ਕਿ ਹੋਇਆ ਕੀ ਸੀ ਉਸ ਵੇਲੇ। ਜੀ, ਮੈਂ ਉਸ ਟਾਈਮ 2 ਮਹੀਨੇ ਦੀ ਸੀ, ਅਤੇ ਮੈਂ ਮੰਮੀ ਦੇ ਨਾਲ ਸੀ। ਮੰਮੀ ਉਸ ਵਕਤ ਕਰੋਲ ਬਾਗ ਸੀ ਸਾਡੀ ਭੂਆ ਦੇ ਘਰ, ਅਤੇ ਡੈਡੀ ਇੱਥੇ ਸੀ। ਮੇਰੀ ਜੋ ਔਰ ਬੜੀ ਭੈਣੇ ਸੀ ਉਹ ਉਨਕੇ ਸਾਥ ਥੀ। ਤੋ ਐਂਡ ਉਹ ਉਸ ਸਮੇਂ ਬਾਹਰ ਗਏ ਔਰ ਉਸੀ ਟਾਈਮ ਥੋੜ੍ਹੇ ਟਾਈਮ ਘਰ 'ਚ ਜ਼ਿਆਦਾ ਦੂਰ ਨਹੀਂ ਥੇ, ਉਧਰ ਹੀ ਉਨਕੋ ਪਕੜ ਲਿਆ ਔਰ ਉਧਰ ਹੀ ਉਨਕੋ ਜਲਾ ਕਰ ਉਨਕੀ ਡੈਥ ਹੋ ਗਈ। ਐਟ ਅ ਟਾਈਮ ਜੋ ਦੂਸਰੇ ਉਹਨਾਂ ਦੇ ਫਰੈਂਡ ਸੀ ਉਹ ਬਚ ਗਏ ਕਿਉਂਕਿ ਉਹਨਾਂ ਦੀ ਵਾਈਫ ਉੱਥੇ ਸੀ, ਅਤੇ ਉਹਨਾਂ ਨੇ ਰਿਕੁਐਸਟ ਕੀਤੀ, ਹੱਥ ਪੈਰ ਪੜੇ ਉਹਨਾਂ ਦੇ, ਅਤੇ ਉਹ ਛੁੜਾ ਲਿੱਤਾ ਉਹਨਾਂ ਨੂੰ। ਬਟ ਸਾਡੇ ਡੈਡੀ ਜੀ ਉਹ ਉੱਥੇ ਹੀ ਖਤਮ ਹੋ ਗਏ। ਪਿਤਾ ਤੋਂ ਬਿਨਾਂ ਤੁਹਾਡਾ ਜਿਹੜਾ ਬਚਪਨ ਹੈ ਉਹ ਕਿਸ ਤਰ੍ਹਾਂ ਬਤੀਤ ਹੋਇਆ? ਜੀ, ਇਹ ਦੱਸਣਾ ਬੜਾ ਮੁਸ਼ਕਿਲ ਹੈਗਾ ਹੈ, ਬਟ ਬਿਕੋਜ਼ ਮਾਈ ਜੋ ਸਾਡੀ ਮੰਮੀ ਜੀ ਸੀ ਉਹ ਇੰਨੇ ਪੜ੍ਹੇ ਲਿਖੇ ਨਹੀਂ ਸੀ, ਅਤੇ ਸਾਡੀ ਐਜੂਕੇਸ਼ਨ ਹੋਈ ਹੈ ਉਹ ਬੜੇ ਲੋਅ ਸਕੂਲ ਵਿੱਚ ਹੋਈ ਹੈ ਵੀ ਕਿਉਂਕਿ ਫਾਦਰ ਜੀ ਨਹੀਂ ਸੀ, ਅਤੇ ਮੰਮੀ ਦਾ ਬੜਾ ਮੁਸ਼ਕਿਲ ਸੀ 7 ਬੱਚੇ ਨੂੰ ਪਾਲਣਾ, ਅਤੇ ਬਹੁਤ। ਸੰਗਤ ਜੀ, ਇਹ ਇੱਕ ਵੱਡੀ ਕੌੜੀ ਸੱਚਾਈ ਹੈ। 7 ਬੱਚੇ ਔਰ ਘਰ ਦਾ ਮੁਖੀਆ, ਕਹਿਣ ਤੋਂ ਭਾਵ ਹੈ ਕਿ ਜੋ ਅਰਨਿੰਗ ਸੋਰਸ ਹੈ ਉਹੀ ਨਹੀਂ ਰਿਹਾ, ਅਤੇ ਇੱਕ ਇਕੱਲੀ ਔਰਤ ਲਈ 7 ਬੱਚਿਆਂ ਨੂੰ ਪੜ੍ਹਾਉਣਾ, ਪਾਲਣਾ, ਹੁਣ ਪੜ੍ਹਾਈ ਅਤੇ ਰੋਟੀ,
ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਕਿਹੜੀ ਚੀਜ਼ ਪੂਰੀ ਕੀਤੀ ਜਾਵੇ, ਇਹ ਸੋਚ ਇਹ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਅਸੀਂ ਚੇਤੇ ਰੱਖੀਏ ਕਿ ਇਹ ਬੜਾ ਵੱਡਾ ਦੁੱਖ ਹੈ, ਇਹਨਾਂ ਪਰਿਵਾਰਾਂ ਨੇ ਇਹਨਾਂ ਬੱਚਿਆਂ ਨੇ ਇਹ ਦੁੱਖ ਭੋਗਿਆ ਹੈ। ਕਿਉਂਕਿ ਪਿਓ ਆਪਣੇ ਬੱਚਿਆਂ ਦੇ ਲਈ ਕਈ ਸੁਪਨੇ ਲੈ ਕੇ ਚੱਲਦਾ ਹੈ ਕਿ ਮੇਰੇ ਬੱਚੇ ਵੱਡੇ ਹੋ ਕੇ ਪੜ੍ਹ ਲਿਖ ਜਾਣ, ਕਾਮਯਾਬ ਹੋਣ, ਵੱਡੀਆਂ ਨੌਕਰੀਆਂ 'ਤੇ ਜਾਂ ਵੱਡੇ ਬਿਜ਼ਨਸ 'ਤੇ ਉਹ ਬੈਠਣ, ਪਰ ਪਿਓ ਨਹੀਂ ਰਿਹਾ ਅਤੇ ਬੱਚਿਆਂ ਨੇ ਅੱਗੋਂ ਕਿਸ ਤਰ੍ਹਾਂ ਇਹ ਸਭ ਕੁਛ ਬਰਦਾਸ਼ਤ ਕੀਤਾ ਹੈ। ਇਸ ਵੇਲੇ ਤੁਸੀਂ ਕੀ ਕਰਦੇ ਹੋ? ਜੀ ਇਸ ਵਕਤ ਮੈਂ ਕੁਛ ਨਹੀਂ ਕਰਦੀ, ਆ ਕਰ ਰਿਹਾ ਮੈਂ ਅਤੇ ਜੋਬ ਵਾਸਤੇ ਅਪਲਾਈ ਕਰਦੀ ਪਈ ਹਾਂ। ਅਤੇ ਤੁਸੀਂ ਇਹ ਐਜੂਕੇਸ਼ਨ ਜਿਹੜੀ ਹੈ ਉਹ ਆਪਣੀ ਮਾਤਾ ਜੀ ਦੇ ਨਾਲ ਹੀ ਤੁਸੀਂ ਰਹੇ ਹੋ, ਉਹਨਾਂ ਨੇ ਸਾਰਾ ਕੁਛ ਇਹ ਸੰਭਾਲਿਆ, ਬੜਾ ਔਖਾ ਰਿਹਾ ਹੋਏਗਾ ਉਹਨਾਂ ਲਈ, ਅਤੇ ਅਸੀਂ ਦੇਖ ਰਹੇ ਹਾਂ ਕਿ ਤੁਹਾਡਾ ਵੀ ਮਨ ਜਿਹੜਾ ਇਸ ਵੇਲੇ ਫਿਰ ਉਹ ਯਾਦਾਂ ਜਿਹੜੀਆਂ ਨੇ, ਕਿਉਂਕਿ ਇਹ ਭੁੱਲਣ ਵਾਲੀ ਗੱਲ ਤਾਂ ਹੈ ਨਹੀਂ, ਇਹ ਹਮੇਸ਼ਾ ਚੇਤੇ ਰਹਿੰਦੀ ਹੈ। ਅਤੇ ਕਿਸ ਤਰ੍ਹਾਂ ਤੁਸੀਂ ਮਤਲਬ ਇਹ ਸਟਰਗਲ ਜਿਹੜਾ ਸਾਰਾ ਕੀਤਾ ਹੈ, ਮਾਤਾ ਜੀ ਨੇ ਕਿਸ ਤਰ੍ਹਾਂ ਸਾਰਾ ਇਹ ਗੁਜ਼ਾਰਾ ਕੀਤਾ? ਜੀ ਸਾਨੂੰ ਖੁਦ ਹੀ ਬੜਾ ਮਤਲਬ ਲੱਗਦਾ ਹੈ ਕਿ ਮੰਮਾ ਨੇ ਕਿੱਦਾਂ ਕੀਤਾ, ਬਿਕੋਜ਼ ਇੱਕ ਪੜ੍ਹੀ ਲਿਖੀ ਔਰਤ ਵਾਸਤੇ 7 ਬੱਚਿਆਂ ਨੂੰ ਪਾਲਣਾ ਬੜਾ ਹੀ ਮੁਸ਼ਕਿਲ ਹੈਗਾ, ਅਤੇ ਪੈਨਸ਼ਨ ਮਿਲਦੀ ਸੀ ਉਸ ਵਕਤ ਇੰਨੀ ਨਹੀਂ ਸੀ ਕਿ ਤੁਸੀਂ 7 ਬੱਚੇ ਨੂੰ ਪਾਲ ਸਕੋ, ਬਟ ਵਾਹਿਗੁਰੂ ਜੀ ਦੀ ਕਿਰਪਾ ਸੀ ਅਤੇ ਬਸ। ਅੱਛਾ, ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਮੁਆਵਜ਼ਾ ਤੁਹਾਨੂੰ ਮਿਲਿਆ? ਜੀ 1997 ਵਿੱਚ 97 ਵਿੱਚ ਮਿਲਿਆ ਸੀ ਮੰਮੀ ਨੂੰ, ਉਸ ਵਕਤ ਮੈਨੂੰ ਨਹੀਂ ਪਤਾ, ਮੈਂ ਬੜੀ ਛੋਟੀ ਸੀ, ਅਤੇ ਇੱਕ 96 ਵਿੱਚ ਮਿਲਿਆ ਸੀ। ਐਂਡ ਅਸੀਂ ਅਪਲਾਈ ਕੀਤਾ ਹੋਇਆ ਹੈ ਜੋ 2000 ਦਿੱਲੀ ਸਰਕਾਰ ਵੱਲੋਂ ਜਿਹੜਾ ਦਿੱਤਾ ਜਾਣਾ। ਹਾਂਜੀ ਉਹ ਹੁਣੇ ਅਪਲਾਈ ਕੀਤਾ ਹੋਇਆ ਹੈ, ਮੋਰ ਦੈਨ 1 ਈਅਰ ਹੋ ਗਿਆ ਹੈ, ਬਟ ਹੁਣੇ ਕੋਈ ਅਭੀ ਕੁਛ ਹੋਇਆ ਨਹੀਂ। ਉਹ ਕੀ ਕਹਿੰਦੇ ਨੇ ਕਿਉਂ ਨਹੀਂ ਦੇ ਰਹੇ 1 ਸਾਲ ਤੋਂ? ਜੀ ਉਹ ਉਹਨਾਂ ਦੀ ਲਾਈਕ ਅਸੀਂ ਸਾਰੇ ਡਾਕੂਮੈਂਟਸ ਦੇ ਦਿੱਤੇ ਹੈ, ਬਟ ਉਹੀ ਵੇਟ ਕਰੋ ਇਹੀ ਕਹਿੰਦੇ ਹੈ। ਉਹਦੇ ਮਤਲਬ ਕਿਸ ਚੀਜ਼ ਦੀ ਵੇਟ ਕਰਨੀ ਹੈ ਜੀ? ਸਾਨੂੰ ਸਾਨੂੰ ਨਹੀਂ ਪਤਾ, ਗਵਰਨਮੈਂਟ ਦੇ ਕੰਮ ਹੈਗੇ ਅਤੇ ਉਹ ਉਹਨਾਂ ਦੇ। ਇਸ ਕਲੋਨੀ ਦੇ ਵਿੱਚ ਬੜੇ ਸਾਰੇ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰਾਂ ਨੂੰ ਇਹ ਮੁਆਵਜ਼ਾ ਦਿੱਲੀ ਸਰਕਾਰ ਵੱਲੋਂ ਮਿਲ ਗਿਆ? ਜੀ ਹੁਣੇ ਤੇ ਇੱਕ ਹੀ ਪਰਿਵਾਰ ਰਹਿ ਗਿਆ ਇੱਥੇ, ਤੇ ਉਹਨਾਂ ਨੂੰ ਮਿਲ ਚੁੱਕਿਆ ਹੈ, ਬਾਕੀ ਸਭ ਨੂੰ ਮਿਲ ਗਿਆ। ਤੁਹਾਡੇ ਤੋਂ ਇਲਾਵਾ ਇੱਕ ਰਹਿ ਗਿਆ ਜਾਂ ਤੁਸੀਂ ਹੀ ਰਹਿ ਗਏ ਹੋ ਸਿਰਫ? ਅਸੀਂ ਅਪਲਾਈ ਲੇਟ ਕੀਤਾ ਸੀ। ਹਾਂਜੀ ਤੇ ਬਟ ਫਿਰ ਵੀ ਮੋਰ ਦੈਨ 1 ਈਅਰ ਹੋ ਗਿਆ ਹੈ ਤੇ ਅਸੀਂ ਵੇਟ ਕਰਦੇ ਪਏ ਹਾਂ। ਸੰਗਤ ਜੀ ਕਿੰਨੇ ਦੁੱਖ ਨੇ, ਕਿੰਨੀਆਂ ਤਕਲੀਫਾਂ ਨੇ, ਤੇ ਜੇ ਸਰਕਾਰ ਕਿਤੇ ਮੁਆਵਜ਼ਾ ਦੇ, ਪਰ ਉਹ ਸਰਕਾਰ ਮੁਆਵਜ਼ਾ ਦੇਣ ਦੇ ਵਿੱਚ ਵੀ 33 ਸਾਲਾਂ ਦੇ ਬਾਅਦ ਵੀ 1 ਸਾਲ ਅਗਰ ਲਗਾਵੇ ਤਾਂ ਇਹ ਸੋਚਣ ਵਾਲੀ ਗੱਲ ਹੈ, ਬੜਾ ਔਖਾ ਹੈ। ਇਹ ਸਰਦਾਰ ਤੇਜਾ ਸਿੰਘ ਜੀ ਦੀ ਵੀ ਸ਼ਹੀਦੀ ਜਿਹੜੀ ਹੈ ਇਹ ਵੀ ਕੌਮ ਦੇ ਲੇਖੇ ਹੈ, ਇਹ ਕੌਮ ਜੋ ਹੈ ਕਦੇ ਨਹੀਂ ਭੁੱਲੇਗੀ। ਸੰਗਤ ਜੀ ਅਕਾਲ ਚੈਨਲ ਰਾਹੀਂ ਅਸੀਂ 1984 ਦੇ ਇਹ 33 ਸਾਲ ਪੂਰੇ ਹੋਣ 'ਤੇ ਇਹ ਖਾਸ ਪੇਸ਼ਕਸ਼ ਆਪ ਜੀ ਦੀ ਨਜ਼ਰ ਰੱਖੀ ਹੈ, ਇਸ ਆਸ ਦੇ ਨਾਲ, ਇਸ ਉਮੀਦ ਦੇ ਨਾਲ ਕਿ ਜਸਟਿਸ ਜੋ ਹੈ ਉਹ ਮਿਲ ਸਕੇ ਇਹਨਾਂ ਨੂੰ, ਇਹਨਾਂ ਬੱਚਿਆਂ ਨੂੰ। ਤੁਹਾਨੂੰ ਉਮੀਦ ਹੈ, ਇਹ ਆਸ ਹੈ ਕਿ ਸਾਨੂੰ ਇਹ ਜਸਟਿਸ ਜ਼ਰੂਰ ਮਿਲੇਗਾ? ਜੀ ਵੇਟ ਕਰਦੇ ਪਏ ਹੈ, ਦੇਖੋ ਕੀ ਹੁੰਦਾ ਹੈ, ਅਸੀਂ ਚਾਹੁੰਦੇ ਹਾਂ ਜਸਟਿਸ ਮਿਲੇ, ਬਾਕੀ ਦੇਖੋ। ਕਿਉਂਕਿ ਉਹ ਜਿਹੜੇ ਚਲੇ ਗਏ ਨੇ ਉਹ ਤਾਂ ਵਾਪਸ ਨਹੀਂ ਆਉਣਗੇ, ਪਰ ਬੇਕਸੂਰ ਸਾਡੇ ਪਰਿਵਾਰ ਦੇ ਉਹਨਾਂ ਸਿੱਖਾਂ ਨੂੰ, ਕੌਮ ਦੇ ਸਿੱਖਾਂ ਨੂੰ ਜੋ ਮਾਰਿਆ ਗਿਆ, ਜੇ ਕਿਤੇ ਉਹਨਾਂ ਦੇ ਕਾਤਲਾਂ ਨੂੰ ਸਜ਼ਾ ਮਿਲਦੀ ਹੈ ਤਾਂ ਕਿਤੇ ਸਾਨੂੰ ਤਸੱਲੀ ਮਿਲੇਗੀ? ਹਾਂਜੀ ਜ਼ਰੂਰ। ਸੰਗਤ ਜੀ ਇਸ ਉਮੀਦ ਦੇ ਨਾਲ ਕਿ ਇਹਨਾਂ ਕਾਤਲਾਂ ਨੂੰ ਸਜ਼ਾ ਮਿਲੇ, ਇਹਨਾਂ ਕਾਤਲਾਂ ਨੂੰ ਅਸੀਂ ਚੁਣ ਕੇ ਸਾਹਮਣੇ ਲਿਆਈਏ, ਹਾਲਾਂਕਿ ਬੜੀਆਂ ਇਹਨਾਂ ਦੇ ਅਗੇਂਸਟ ਕੰਪਲੇਂਟਸ ਵੀ ਨੇ, ਕਿਉਂਕਿ ਉਸ ਵੇਲੇ ਪੁਲਿਸ ਵੀ ਨਾਲ ਰਲੀ ਹੋਈ ਸੀ, ਕਿਸੇ ਥਾਣੇ ਦੇ ਵਿੱਚ ਕੋਈ ਫੋਨ, ਕੋਈ FIR ਕੋਈ ਰਿਸੀਵ ਕਰਨ ਵਾਲਾ ਨਹੀਂ ਸੀ, ਕਿਉਂਕਿ ਉਹ ਆਪ ਇਸ ਭੀੜ ਦੇ ਨਾਲ ਸਨ, ਗਲੀ ਗਲੀ ਦੇ ਵਿੱਚ ਜਾ ਕੇ ਉਹਨਾਂ ਨੇ ਆਪ ਕਈਆਂ ਨੇ ਨਿਸ਼ਾਨਦੇਹੀਆਂ ਦਿੱਤੀਆਂ। ਕਿਉਂਕਿ ਮੈਂ ਆਪ ਅੱਗੇ ਵੀ ਆਪ ਜੀ ਨੂੰ ਦੱਸਿਆ ਕਿ 1984 ਦਾ ਇਹ ਜਿਹੜਾ ਦੁੱਖ ਇਹ ਭੋਗਿਆ, ਮੇਰੇ ਪਰਿਵਾਰ ਦੇ ਵਿੱਚੋਂ ਵੀ 4 ਜੀਅ ਜਿਹੜੇ ਨੇ ਸ਼ਹੀਦ ਹੋਏ ਨੇ, ਅਸਾਂ ਵੀ ਉਸ ਵੇਲੇ ਦੇਖਿਆ, 13 ਸਾਲ ਦੀ ਉਮਰ ਦੇ ਵਿੱਚ ਮੈਂ ਉਸ ਵੇਲੇ ਇਹ ਸਭ ਕੁਛ ਦੇਖਿਆ ਕਿ ਕਿਸ ਤਰ੍ਹਾਂ ਪੁਲਿਸ ਜਿਹੜੀ ਹੈ ਉਹ ਨਾਲ ਰਲੀ ਹੈ। ਕਿਉਂਕਿ ਜਿਸ ਵੇਲੇ ਸਾਡੇ ਘਰ ਦੇ ਬਾਹਰ 300-400 ਬੰਦਿਆਂ ਦੇ ਭੀੜ ਆਈ, ਸਾਡੇ ਪੜੋਸੀਆਂ ਨੇ ਸਾਡੀ ਮਦਦ ਕੀਤੀ, ਹੈਲਪ ਕੀਤੀ, ਉਹਨਾਂ ਨੇ ਜਿਸ ਵੇਲੇ ਥਾਣੇ ਦੇ ਵਿੱਚ ਫੋਨ ਕੀਤਾ ਤਾਂ ਫੋਨ ਕਿਸੇ ਨੇ ਰਿਸੀਵ ਨਹੀਂ ਕੀਤਾ, 100 ਨੰਬਰ 'ਤੇ ਕਾਲ ਕੀਤੀ ਕਿ ਕੋਈ ਕਾਲ ਰਿਸੀਵ ਨਹੀਂ ਹੋ ਰਹੀ, ਥਾਣੇ ਦੇ ਵਿੱਚ ਜਦੋਂ ਉਹ ਲੋਕ ਗਏ ਤਾਂ ਥਾਣਾ ਖਾਲੀ ਸੀ। ਇਹ ਕਹਿਣ ਤੋਂ ਭਾਵ ਹੈ ਕਿ ਦਿੱਲੀ
ਹਿੰਦੁਸਤਾਨ ਦੀ ਕੈਪੀਟਲ ਹੈ, ਰਾਜਧਾਨੀ ਹੈ, ਅਤੇ ਉਸ ਦਿੱਲੀ ਦੇ ਅੰਦਰ 3 ਦਿਨਾਂ ਦੇ ਅੰਦਰ ਵੈਸੇ ਆਮ ਲੋਕਾਂ ਨੂੰ ਸ਼ਹੀਦ ਤਾਂ ਕੀਤਾ ਗਿਆ। ਇੱਕ ਹੋਰ ਜਿਹੜੀ ਘਟਨਾ ਉਸ ਵੇਲੇ ਵਾਪਰੀ ਸੀ, ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸਨ, ਉਹਨਾਂ ਦੇ ਕਾਫਲੇ ਦੇ ਉੱਤੇ ਵੀ ਹਮਲਾ ਹੋਇਆ। ਇਹ ਵੀ ਇੱਕ ਖਾਸ ਹਿੰਦੁਸਤਾਨ ਦੀ ਸਰਕਾਰ ਦੀ ਨਾਕਾਮੀ ਜਿਹੜੀ ਹੈ ਉਹ ਅਸੀਂ ਦੱਸ ਰਹੇ ਹਾਂ। ਔਰ ਇਸ ਇਲਾਕੇ ਦੇ ਵਿੱਚ ਜਿੱਥੇ ਤ੍ਰਿਲੋਕਪੁਰੀ ਦੇ ਵਿੱਚ ਬੜੇ ਸਾਰੇ ਪਰਿਵਾਰ ਜਿਹੜੇ ਨੇ ਉਹ ਉਜੜੇ, ਕੁਛ ਪੰਜਾਬ ਚਲੇ ਗਏ, ਕੁਛ ਨੇ ਵੇਚ ਕੇ ਕਿਸੇ ਹੋਰ ਇਲਾਕੇ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਖੌਫ ਉਹਨਾਂ ਦੇ ਅੰਦਰ ਸੀ ਕਿਤੇ ਇਹ ਦੁਬਾਰਾ ਨਾ ਹੋ ਜਾਵੇ। ਅਤੇ ਬਹੁਤ ਸਾਰੇ ਐਸੇ ਪਰਿਵਾਰ ਜਿਨ੍ਹਾਂ ਦੇ ਔਰਤਾਂ ਦੇ ਸਿਰ ਦੇ ਉੱਤੋਂ ਪਤੀ ਦਾ ਸਾਇਆ ਚਲਾ ਗਿਆ, ਉਹ ਤਿਲਕ ਵਿਹਾਰ ਜੋ ਇੱਕ ਵਿਡੋ ਕਲੋਨੀ ਹੈ ਉੱਥੇ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ। ਅਤੇ ਇਸ ਤਰ੍ਹਾਂ ਇਸ 1984 ਦੇ ਇਸ ਸਿੱਖ ਕਤਲੇਆਮ ਦੀ ਇੱਕ ਇੱਕ ਗੱਲ, ਇੱਕ 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 ਸ਼ਹੀਦ ਦੇ ਘਰ ਦੀ ਕਹਾਣੀ ਜਿਹੜੀ ਹੈ ਉਹ ਸਾਨੂੰ ਚੇਤੇ ਕਰਵਾਉਂਦੀ ਹੈ ਇਸ ਜ਼ਾਲਮ ਸਰਕਾਰ ਦੇ ਇਸ ਕਾਰਨਾਮੇ ਬਾਰੇ। ਅਨੇਕਾਂ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਨੇ ਆਪਣੇ ਪਿਓ ਨੂੰ ਨਹੀਂ ਦੇਖਿਆ, ਅਨੇਕਾਂ ਇਹੋ ਜਿਹੇ ਬੱਚੇ ਨੇ ਜਿਹੜੇ ਐਜੂਕੇਸ਼ਨ ਦੇ ਲਈ ਤਰਸ ਗਏ, ਅਨੇਕਾਂ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਦਾ ਫਿਊਚਰ ਡਾਈਵਰਟ ਹੋ ਗਿਆ, ਉਹਨਾਂ ਨੇ ਕੁਛ ਹੋਰ ਬਣਨਾ ਸੀ, ਅੱਜ ਉਹ ਨੌਕਰੀ ਦੇ ਲਈ ਤਰਸਦੇ ਨੇ ਜਾਂ ਇਹੋ ਜਿਹੇ ਕੰਮ ਕਰ ਰਹੇ ਨੇ ਕਿ ਉਹਨਾਂ ਦੀ ਐਜੂਕੇਸ਼ਨ ਨਹੀਂ ਹੋ ਸਕੀ ਅਤੇ ਉਹਨਾਂ ਨੂੰ ਉਹ ਨੌਕਰੀਆਂ ਉਹ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਅਹਿਸਾਸ ਦੇ ਨਾਲ ਕਿ ਅਕਾਲ ਚੈਨਲ ਦੇ ਇਸ ਪ੍ਰੋਗਰਾਮ ਰਾਹੀਂ ਇਹੋ ਜਿਹੇ ਪਰਿਵਾਰਾਂ ਨੂੰ ਨਿਆਂ ਮਿਲੇਗਾ, ਜਸਟਿਸ ਮਿਲੇਗਾ, ਅੱਜ ਦੇ ਇਸ ਪ੍ਰੋਗਰਾਮ ਦੀ ਅਸੀਂ ਇੱਥੇ ਹੀ ਸੰਪੂਰਨਤਾ ਕਰਦੇ ਹਾਂ। ਅਕਾਲ ਚੈਨਲ ਦੀ ਸਾਰੀ ਟੀਮ ਵੱਲੋਂ ਇਹਨਾਂ ਸਾਰੇ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ, ਸ਼ਰਧਾਂਜਲੀ ਹੈ। ਸੰਗਤ ਜੀ ਤੁਸੀਂ ਦੇਖ ਰਹੇ ਰਹੋ, ਸੰਗਤ ਜੀ ਤੁਸੀਂ ਦੇਖਦੇ ਰਹੋ ਅਕਾਲ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪ ਜੀ ਦੇਖ ਰਹੇ ਹੋ ਅਕਾਲ ਚੈਨਲ। ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਤ੍ਰਿਲੋਕਪੁਰੀ ਦੇ ਬਲਾਕ 31-32 ਉਸ ਅਸਥਾਨ 'ਤੇ ਜਿੱਥੇ 1984 ਨਵੰਬਰ 1-2-3 ਸਿੱਖ ਸ਼ਹੀਦ ਹੋਏ। ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਜੋ ਗੁਰਦੁਆਰਾ ਸਾਹਿਬ ਜਿਸ ਨੂੰ ਗੁਰਦੁਆਰਾ ਸ਼ਹੀਦਾਂ ਦਾ ਨਾਮ ਦਿੱਤਾ ਗਿਆ ਅਤੇ ਇੱਥੇ ਇੱਕ ਬਹੁਤ ਸੋਹਣਾ ਕਮਰਾ ਬਣਾਇਆ ਗਿਆ ਜਿਹਦੇ ਵਿੱਚ ਉਹਨਾਂ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਇੱਥੇ ਲਗਾਈਆਂ ਗਈਆਂ ਨੇ। ਵੱਡੀ ਗਿਣਤੀ ਦੇ ਵਿੱਚ ਇਸ ਤਸ਼ੱਦਦ ਦੇ ਅੰਦਰ ਕੇਵਲ ਇਸ ਤ੍ਰਿਲੋਕਪੁਰੀ ਦੇ ਅੰਦਰ ਜਿਹੜੇ ਸਿੱਖ ਸ਼ਹੀਦ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਦਾ ਇਹ ਮਿਊਜ਼ੀਅਮ, ਇਹ ਕਮਰਾ ਉਹਨਾਂ ਨੂੰ ਸਮਰਪਿਤ ਹੈ। ਸੰਗਤ ਜੀ, ਸ਼ਹੀਦ ਕੌਮ ਦਾ ਸਰਮਾਇਆ ਹੋਇਆ ਕਰਦੇ ਨੇ, ਸ਼ਹੀਦ ਕੌਮ ਦਾ ਮਾਣ, ਕੌਮ ਦਾ ਸਤਿਕਾਰ ਹੁੰਦੇ ਨੇ। ਸ਼ਹੀਦਾਂ ਨੂੰ ਦੇਖ ਕੇ ਜਿੱਥੇ ਸਾਨੂੰ ਉਸ ਵੇਲੇ ਦਾ ਇਤਿਹਾਸ ਚੇਤੇ ਆਉਂਦਾ, ਉਹਨਾਂ ਨੂੰ ਚੇਤੇ ਕਰਦਿਆਂ ਉਹਨਾਂ ਵੱਲੋਂ ਦਿੱਤੀ ਹੋਈ ਕੁਰਬਾਨੀ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ ਕਿ ਕਿਸ ਤਰ੍ਹਾਂ ਧਰਮ ਦੀ ਖਾਤਰ, ਆਪਣੇ ਪੰਥ ਦੀ ਖਾਤਰ, ਕੇਸਾਂ ਸਵਾਸਾਂ ਦੇ ਨਾਲ ਇਹਨਾਂ ਨੇ ਆਪਣੀ ਜਾਨ ਤਾਂ ਦੇ ਦਿੱਤੀ ਪਰ ਆਪਣਾ ਧਰਮ ਨਹੀਂ ਛੱਡਿਆ। ਬੇਅੰਤ ਸ਼ਹੀਦ ਹੋਏ ਨੇ, ਸ਼ਹੀਦ ਜੰਗ ਦੇ ਅੰਦਰ ਲੜਦੇ ਹੋਏ ਵੀ ਸ਼ਹੀਦੀ ਪ੍ਰਾਪਤ ਕਰਦੇ ਨੇ, ਉਹ ਇੱਕ ਵੱਖਰਾ ਕਨਸੈਪਟ ਹੈ ਕਿ ਸਾਹਮਣੇ ਕੋਈ ਬੰਦਾ ਮੈਦਾਨ ਦੇ ਵਿੱਚ ਲਲਕਾਰਦਾ ਹੈ, ਉਸ ਦੇ ਨਾਲ ਦੋ ਹੱਥ ਕਰਦਿਆਂ ਹੋਇਆਂ ਜਾਂ ਤਾਂ ਸ਼ਹੀਦ ਹੋ ਜਾਣਾ ਜਾਂ ਫਿਰ ਉਸ ਨੂੰ ਮਾਰ ਦੇਣਾ। ਪਰ ਇੱਥੇ ਜਿਹੜੇ ਸ਼ਹੀਦ ਨੇ ਇਹ ਆਮ ਸਧਾਰਨ ਸਿੱਖ ਪਰਿਵਾਰ ਜਿਹੜੇ ਮਿਹਨਤ ਮਜ਼ਦੂਰੀ ਕਰਕੇ, ਜਿਨ੍ਹਾਂ ਨੂੰ ਅਸੀਂ ਸ਼ਿਕਲੀਗਰ ਪਰਿਵਾਰਾਂ ਦੇ ਵੱਲੋਂ ਯਾਦ ਕਰਦੇ ਹਾਂ, ਆਪਣਾ ਗੁਜ਼ਰ ਬਸਰ ਕਰ ਰਹੇ ਸਨ। ਬਹੁਤ ਸਾਰੇ ਐਸੇ ਸਨ ਜਿਹੜੇ ਉਸ ਵੇਲੇ ਮੰਜੀਆਂ ਬਣਾਉਣ ਦਾ ਕੰਮ ਕਰਦੇ ਸਨ ਜਾਂ ਫਿਰ ਤਾਲੇ ਚਾਬੀਆਂ ਬਣਾਉਣ ਦਾ ਕੰਮ ਕਰਦੇ ਸਨ। ਇਹ ਉਹ ਪਰਿਵਾਰ ਹਨ ਇੱਥੇ ਸਿੱਖ ਕਮਿਊਨਿਟੀ ਦੇ, ਉਹ ਸ਼ਿਕਲੀਗਰ ਪਰਿਵਾਰ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ। ਸੁੱਖੀ ਸਾਂਦੀ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ, ਪਰ ਉਹਨਾਂ ਨੂੰ ਕਿਤੇ ਚੇਤੇ ਨਹੀਂ ਸੀ ਕਿ ਸਰਕਾਰ ਵੱਲੋਂ ਦਿੱਲੀ ਪੁਲਿਸ ਦੇ ਨਾਲ ਰਲ ਕੇ ਗੁੰਡੇ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਬੇਰਹਿਮੀ ਦੇ ਨਾਲ ਕਤਲ ਕਰਨਗੇ। ਅਸੀਂ ਜਿਸ ਵੇਲੇ ਇਸ ਕਲੋਨੀ ਦੇ ਵਿੱਚ ਵਿਚਰੇ ਸਾਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਕਿ 1, 2 ਅਤੇ 3 ਨਵੰਬਰ 1984 ਨੂੰ ਇਹ ਜੋ ਗੁੰਡਾ ਸਨ, ਇਹ ਜੋ ਮੋਬ ਸੀ, ਇਹ ਜੋ ਸਰਕਾਰੀ ਤੰਤਰ ਦੇ ਅੰਦਰ ਜਿਹੜੇ ਆਏ ਹੋਏ ਬੰਦੇ ਸਨ, ਇਹ ਇੱਥੇ 1 ਤਰੀਕ ਨੂੰ ਸਵੇਰੇ 10 ਵਜੇ ਦੇ ਕਰੀਬ ਪਹੁੰਚਦੇ ਆ। ਇਹ ਹਾਲਾ ਲਾਲਾ ਕਰਕੇ ਰੌਲਾ ਪਾਉਂਦੇ ਹੋਏ ਸਿੱਖ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਾਂਦੇ ਆ। ਪੁਲਿਸ ਜਿਹੜੀ ਹੈ ਪਹਿਲਾਂ ਮਾਰਚ ਕਰਦੀ ਹੈ, ਕਹਿੰਦੀ ਸਭ ਕੁਝ ਠੀਕ ਠਾਕ ਹੈ, ਸ਼ਾਂਤੀ ਹੈ, ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ।
ਪਰ ਪੁਲਿਸ ਦੇ ਜਾਣ ਦੇ ਪਿੱਛੇ ਪਿੱਛੇ, ਕਿਉਂਕਿ ਇਹ ਪਲੈਨ ਦੇ ਨਾਲ ਕੰਮ ਹੋਇਆ, ਫਿਰ ਇਹ ਮੋਬ ਆਉਂਦਾ ਸੀ ਘਰਾਂ ਦੇ ਵਿੱਚੋਂ, ਖਾਸ ਤੌਰ 'ਤੇ ਮਰਦਾਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਜਿੰਦਾ ਸਾੜਿਆ ਜਾਂਦਾ ਸੀ, ਔਰਤਾਂ ਨੂੰ ਬੇਪਤ ਕੀਤਾ ਜਾਂਦਾ ਸੀ, ਅਤੇ ਫਿਰ ਇਹ ਮੋਬ ਵਾਪਸ ਚਲਾ ਜਾਂਦਾ ਸੀ। ਕੁਛ ਚਿਰ ਬਾਅਦ ਫਿਰ ਵਾਪਸ ਆਉਂਦਾ ਸੀ। ਇਹ ਮੋਬ ਬਾਰ ਬਾਰ ਆਉਂਦਾ ਸੀ, ਫਿਰ ਕਿੱਥੇ ਲੁਕ ਜਾਂਦਾ ਸੀ? ਇਹ ਅਜੇ ਤੱਕ ਇੱਕ ਮਿਸਟਰੀ ਬਣੀ ਹੋਈ ਹੈ, ਇਹ ਰਹੱਸ ਬਣਿਆ ਹੋਇਆ। ਕਿਉਂ? ਕਿਉਂਕਿ ਇਹ ਸਰਕਾਰ ਨਾਲ ਰਲੀ ਹੋਈ ਸੀ। ਇਸ ਤਰ੍ਹਾਂ 1, 2 ਅਤੇ 3 ਦਿਨ 1, 2, 3 ਨਵੰਬਰ ਇਹ ਕੰਮ ਇੱਥੇ ਚੱਲਦਾ ਰਿਹਾ। ਵੱਡੀ ਗਿਣਤੀ ਦੇ ਵਿੱਚ ਇਹਦੇ ਅੰਦਰ ਸ਼ਹੀਦੀਆਂ ਹੋਈਆਂ। ਅਸੀਂ ਇੱਥੇ ਦੇਖ ਰਹੇ ਹਾਂ ਕਿ ਇਸ ਕਮਰੇ ਦੇ ਅੰਦਰ ਉਹਨਾਂ ਸਿੱਖ ਨੌਜਵਾਨਾਂ ਦੀਆਂ, ਉਹਨਾਂ ਬਜ਼ੁਰਗਾਂ ਦੀਆਂ, ਅਤੇ ਖਾਸ ਤੌਰ 'ਤੇ ਮੈਂ ਆਪ ਜੀ ਨੂੰ ਇਹ ਦੱਸਣਾ ਚਾਹਾਂਗਾ ਕਿ ਛੋਟੀ ਉਮਰ ਦੇ ਬੱਚਿਆਂ ਦੀਆਂ ਵੀ ਇੱਥੇ ਤਸਵੀਰਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਨੂੰ ਸਰਕਾਰ ਦੇ ਇਹਨਾਂ ਗੁੰਡਿਆਂ ਨੇ 1984 ਦੇ ਵਿੱਚ ਨਵੰਬਰ 1, 2, 3 ਨੂੰ ਇੱਥੇ ਸ਼ਹੀਦ ਕੀਤਾ ਗਿਆ। ਸੰਗਤ ਜੀ, ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਜਿਹੜੇ ਸਾਡੇ ਸਿੱਖ ਨੌਜਵਾਨ, ਇਹ ਬਜ਼ੁਰਗ, ਇਹ ਜਿਹੜੇ ਸ਼ਹੀਦ ਹੋਏ ਨੇ ਜਾਂ ਜਿਹੜੇ ਬੱਚੇ ਸ਼ਹੀਦ ਹੋਏ ਨੇ, ਅਸੀਂ ਕੇਵਲ ਇਹਨਾਂ ਦੀ ਹੀ ਸ਼ਹੀਦੀ ਦੀ ਗੱਲ ਨਾ ਕਰੀਏ, ਅਸੀਂ ਚੇਤੇ ਰੱਖੀਏ ਕਿ ਇਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਤੋਂ ਅੱਗੇ ਜਿਹੜੀਆਂ ਨਸਲਾਂ ਪੈਦਾ ਹੋਣੀਆਂ ਸਨ ਖਤਮ ਹੋ ਗਈਆਂ, ਪੂਰੀ ਦੀ ਪੂਰੀ ਪੀੜ੍ਹੀ ਖਤਮ ਹੋ ਗਈ। ਕਿੱਡਾ ਵੱਡਾ ਨੁਕਸਾਨ ਹੈ ਕੌਮ ਦਾ। ਔਰ ਇਹ ਸੋਚੀ ਸਮਝੀ ਸਾਜਿਸ਼ ਕਿ ਸਿੱਖਾਂ ਨੂੰ ਜੜ ਤੋਂ ਖਤਮ ਕਰ ਦੇਣਾ, ਇਹਨਾਂ ਦਾ ਬੀ ਨਾਸ ਕਰ ਦਿਓ, ਇਸ ਨੂੰ ਕਤਲੇਆਮ ਕਹਿਣ ਦੀ ਥਾਂ ਸਰਕਾਰ ਨੇ ਨਾਮ ਦਿੱਤਾ 1984 ਕੇ ਦੰਗੇ। ਦੰਗੇ ਨਹੀਂ ਸਨ, ਇਹ ਕਤਲੇਆਮ ਸੀ, ਇੱਕ ਨਸਲ ਕੁਸ਼ੀ ਸੀ ਕਿ ਇੱਕ ਖਾਸ ਕੌਮ ਦੇ ਨੌਜਵਾਨਾਂ ਨੂੰ ਖਤਮ ਕਰਨਾ ਤਾਂ ਜੋ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਹੀ ਖਤਮ ਹੋ ਜਾਣ। ਇਹ ਉਹ ਸਿੱਖ ਵੀਰ ਨੇ ਜਿਨ੍ਹਾਂ ਦੇ ਅੱਗੋਂ ਪੀੜ੍ਹੀਆਂ ਖਤਮ ਹੋ ਗਈਆਂ। ਕੌਮ ਦਾ ਏਡਾ ਵੱਡਾ ਘਾਣ, ਏਡਾ ਵੱਡਾ ਨੁਕਸਾਨ। ਅੱਜ ਇਸ ਕਤਲੇਆਮ ਨੂੰ 33 ਸਾਲ ਪੂਰੇ ਹੋ ਰਹੇ ਨੇ। ਅਕਾਲ ਚੈਨਲ ਵੱਲੋਂ ਇਹ ਖਾਸ ਰਿਪੋਰਟ, ਖਾਸ ਪੇਸ਼ਕਸ਼ ਇੱਥੇ ਕੀਤੀ ਗਈ ਹੈ। ਸਾਨੂੰ ਲੋੜ ਹੈ ਅੱਜ ਚੇਤਨ ਹੋਣ ਦੀ। ਅਸੀਂ ਅੱਜ ਵੀ ਉੱਥੇ ਹੀ ਹਾਂ, ਸਾਡੇ ਕੋਲ ਅੱਜ ਵੀ ਅਸਲਾ ਨਹੀਂ। ਅਸੀਂ ਮਹਿੰਗੀਆਂ ਗੱਡੀਆਂ ਖਰੀਦ ਰਹੇ ਹਾਂ, ਮਹਿੰਗੇ ਮੋਬਾਈਲ, ਮਹਿੰਗੇ TV ਸਾਡੇ ਘਰਾਂ ਦੇ ਵਿੱਚ ਮਿਲਦੇ ਨੇ, ਪਰ ਜੇਕਰ ਇਹੋ ਜਿਹਾ ਮੌਕਾ ਬਣ ਜਾਏ ਤਾਂ ਸਾਨੂੰ ਆਪਣੀ ਜਾਨ ਬਚਾਉਣ ਦੇ ਲਈ ਅਸਲਾ ਨਹੀਂ ਮਿਲਣਾ, ਕਿਉਂਕਿ ਅਸੀਂ ਉਸ ਪਾਸੇ ਧਿਆਨ ਨਹੀਂ ਦੇ ਰਹੇ, ਅਜੇ ਵੀ ਅਵੇਸਲੇ ਹਾਂ। ਕਹਿੰਦੇ ਨੇ ਕਿ ਜੇਕਰ ਬੰਦਾ ਇੱਕ ਵਾਰ ਡਿੱਗਦਾ ਹੈ ਨਾ ਤਾਂ ਉਹ ਖੜ੍ਹਾ ਹੋ ਕੇ ਸੰਭਲ ਜਾਵੇ ਤਾਂ ਸਿਆਣਾ ਹੁੰਦਾ। ਬਾਰ ਬਾਰ ਠੋਕਰਾਂ ਖਾਣ ਵਾਲੇ ਨੂੰ ਸਿਆਣਾ ਨਹੀਂ ਕਿਹਾ ਜਾ ਸਕਦਾ। ਸਾਨੂੰ ਇਸ 84 ਨੂੰ ਭੁੱਲਣਾ ਨਹੀਂ, ਚੇਤੇ ਰੱਖਣਾ। ਇਹ ਜ਼ਖਮ ਅਸੀਂ ਭਰਨ ਨਹੀਂ ਦੇਣੇ, ਇਹ ਜ਼ਖਮ ਇਹ ਸਾਨੂੰ ਚੇਤੇ ਕਰਾਉਂਦੇ ਰਹਿਣ ਕਿ ਇਹ ਉਹ ਵਤਨ ਹੈ, ਇਹ ਉਹ ਹਿੰਦੁਸਤਾਨ ਹੈ, ਇਹ ਉਹ ਹਿੰਦੁਸਤਾਨ ਦੀ ਰਾਜਧਾਨੀ ਹੈ ਜਿੱਥੇ ਚੁਣ ਚੁਣ ਕੇ ਸਿੱਖਾਂ ਦੀਆਂ ਪੱਗਾਂ ਨੂੰ ਨਿਸ਼ਾਨੀਆਂ ਲਾ ਲਾ ਕੇ, ਗਲਾਂ ਦੇ ਵਿੱਚ ਟੈਰ ਪਾ ਪਾ ਕੇ ਸਾੜਿਆ ਗਿਆ। ਮੈਨੂੰ ਗੁਰਦਾਸ ਮਾਨ ਦੀਆਂ ਉਹ ਪੰਕਤੀਆਂ ਚੇਤੇ ਆਉਂਦੀਆਂ ਨੇ, ਮੌਤ ਮੌਤ ਨਾ ਕਰਿਆ ਕਰਨੀ, ਵੇਖ ਮੌਤ ਦੇ ਕਰਿਆਰ। ਰਿਪੀਟ, ਮੌਤ ਮੌਤ ਨਾ ਕਰਿਆ ਕਰਨੀ, ਵੇਖ ਮੌਤ ਦੇ ਕਾਰੇ, ਪਹਿਲਾਂ ਮੌਤ ਨੇ ਲੁੱਟੀ ਦਿੱਲੀ, ਫੇਰ ਵੜੀ ਪਟਿਆਲੇ, ਘਰ ਘਰ ਦੀ ਉਹਨੇ ਲਈ ਤਲਾਸ਼ੀ, ਚੁਣ ਚੁਣ ਗੱਭਰੂ ਮਾਰੇ, ਇੱਕ ਰਾਜੇ ਦੀ ਕੰਜਰੀ ਮਰ ਗਈ, ਰੌਣਕ ਲੈ ਗਈ ਨਾਲੇ, ਤਖਤੋਂ ਲੈ ਜਾਏਗੀ ਜ਼ੁਲਮ ਦੀ ਇਹ ਸਰਕਾਰੇ। ਇਹ ਜ਼ੁਲਮ ਦੀ ਸਰਕਾਰ ਤਖਤ 'ਤੇ ਬੈਠਦਿਆਂ ਹੀ ਜਿਸ ਨੇ ਐਲਾਨ ਕਰ ਦਿੱਤਾ ਕਿ ਚੁਣ ਚੁਣ ਕੇ ਇਸ ਕਮਿਊਨਿਟੀ ਦੇ ਸਿੱਖਾਂ ਨੂੰ ਮਾਰ ਦਿੱਤਾ ਜਾਏ। ਮੇਰੇ ਸਵਾਲ ਕਿ ਇਸ ਛੋਟੇ ਜਿਹੇ ਇਸ ਬੱਚੇ ਦਾ ਇੰਦਰਾ ਗਾਂਧੀ ਦੇ ਕਤਲ ਦੇ ਨਾਲ, ਜਾਂ ਇਸ ਛੋਟੇ ਵੀਰ ਦਾ, ਇਸ ਵੀਰ ਦਾ ਇਸ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਕੀ ਯੋਗਦਾਨ ਸੀ? ਵੈਸੇ ਤਾਂ ਕਿਸੇ ਵੀ ਸਿੱਖ ਦਾ ਇਹਦੇ 'ਚ ਕੋਈ ਯੋਗਦਾਨ ਨਹੀਂ। ਇਹ ਕਰਮ ਸਨ ਉਹਦੇ ਕਿ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਹੋਣ ਦੇ ਬਾਅਦ ਪੂਰੀ ਪਲੈਨਿੰਗ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਉੱਤੇ ਫੌਜੀ ਅਟੈਕ ਕਰਵਾਇਆ। ਇਹ ਉਸਨੂੰ ਸਜ਼ਾ ਦਿੱਤੀ ਗਈ ਕਿਉਂਕਿ ਉਹ ਭੁੱਲ ਬੈਠੀ ਸੀ, ਸਾਡੀ ਪਿੱਠ 'ਤੇ ਖੜ੍ਹਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ, ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ ਸੋਹਣੇ ਦੇਸ਼ ਦੀ ਇੱਕ ਵੀ ਮੰਗ ਉੱਤੇ, ਉਹ ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ, ਜਾ ਕੇ ਪੁੱਛ ਲਓ ਡਾਇਰ ਪਰਿਵਾਰ ਕੋਲੋਂ,
ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ ਪੁੱਛ ਵੇਖਿਓ ਗਾਂਧੀ ਪਰਿਵਾਰ ਕੋਲੋਂ। ਇਹ ਉਹ ਕੌਮ ਹੈ ਕਿਸੇ ਨੂੰ ਛੇੜਦੀ ਨਹੀਂ, ਤੰਗ ਨਹੀਂ ਕਰਦੀ, ਜ਼ੁਲਮ ਨਹੀਂ ਕਰਦੀ ਕਿਸੇ 'ਤੇ। ਪਰ ਜੇਕਰ ਸਾਨੂੰ ਕੋਈ ਵੰਗਾਰੇ, ਸਾਡੇ ਵੱਲ ਕੋਈ ਟੇਢੀ ਅੱਖ ਨਾਲ ਵੇਖੇ ਤਾਂ ਫਿਰ ਅਸੀਂ ਲਿਹਾਜ਼ ਵੀ ਨਹੀਂ ਕਰਦੇ। ਇਹ ਭੁੱਲ ਬੈਠੀ ਸੀ ਕਿਤੇ, ਉਹਨੇ ਇਕਾਰਾ ਕੀਤਾ ਅਤੇ ਉਸਨੂੰ ਸਜ਼ਾ ਦਿੱਤੀ। ਅਸੀਂ ਤਾਂ ਉਡਵਾਇਰ ਨੂੰ ਨਹੀਂ ਛੱਡਿਆ, ਅਤੇ ਤੂੰ ਤਾਂ ਫਿਰ ਇੱਥੇ ਆਪਣੇ ਦੇਸ਼ ਦੇ ਵਿੱਚ ਹੀ ਸੀ, ਕਿਸ ਤਰ੍ਹਾਂ ਬਚ ਸਕਦੀ ਸੀ? ਪਰ ਇਹਨਾਂ ਸਿੱਖਾਂ ਦਾ ਕੀ ਕਸੂਰ ਸੀ? ਸਰੇਆਮ ਇਹਨਾਂ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਜਿੰਦਾ ਸਾੜ ਕੇ ਸ਼ਹੀਦ ਕੀਤਾ ਗਿਆ। ਸੰਗਤ ਜੀ, ਬੜੇ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਨਹੀਂ। ਸਰਕਾਰ ਇਹਨਾਂ ਸਵਾਲਾਂ ਨੂੰ ਸੁਣਨ ਤੋਂ ਮੁਨਕਰ ਹੈ, ਪਰ ਇਹ ਸਾਡੀ ਕੌਮ ਦੇ ਸਰਮਾਏ ਨੇ, ਇਹ ਸਾਡੀ ਕੌਮ ਦੇ ਹੀਰੇ ਨੇ। ਅਸੀਂ ਇਹਨਾਂ ਨੂੰ ਹਮੇਸ਼ਾ ਚੇਤੇ ਰੱਖੀਏ, ਇਹਨਾਂ ਨੂੰ ਨਤਮਸਤਕ ਹੋਈਏ। ਅਕਾਲ ਚੈਨਲ ਵੱਲੋਂ ਬੜੀ ਸ਼ਿੱਦਤ ਦੇ ਨਾਲ ਇਹਨਾਂ ਸਾਰੇ ਅਤੇ ਹਿੰਦੁਸਤਾਨ ਭਰ ਦੇ ਵਿੱਚ ਸ਼ਹੀਦ ਹੋਏ ਸਾਰੇ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ 1984 ਦੇ ਇਸ ਕਤਲੇਆਮ ਦੀ ਵਰ੍ਹੇਗੰਢ 'ਤੇ। ਅਕਾਲ ਚੈਨਲ ਹਮੇਸ਼ਾ ਵਚਨਬੱਧ ਰਿਹਾ ਹੈ, ਆਪਣੀ ਕਮਿਊਨਿਟੀ ਦੀ ਗੱਲ, ਕਮਿਊਨਿਟੀ ਦੇ ਨਾਲ ਹੋਏ ਕਿਸੇ ਧੱਕੇ ਦੀ ਗੱਲ, ਨਾਇਨਸਾਫੀ ਦੀ ਗੱਲ ਅਤੇ ਇਨਸਾਫ ਦੀ ਲੜਾਈ ਦੀ ਗੱਲ ਹਮੇਸ਼ਾ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਰੱਖੀ ਹੈ। ਅਸੀਂ ਨਤਮਸਤਕ ਹੁੰਦੇ ਹਾਂ ਅਕਾਲ ਚੈਨਲ ਦੀ ਸਾਰੀ ਟੀਮ ਵੱਲੋਂ ਇਹਨਾਂ ਸਾਰੇ ਸ਼ਹੀਦਾਂ ਨੂੰ, ਅਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਵੀ ਕਰਦੇ ਹਾਂ ਕਿ ਇਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ੇ। ਇਹਨਾਂ ਦੇ ਜੋ ਪਿੱਛੇ ਪਰਿਵਾਰ ਹਨ ਉਹ ਚੰਗੇ ਪੜ੍ਹ ਲਿਖ ਕੇ ਉੱਚੇ ਅਹੁਦਿਆਂ 'ਤੇ ਬੈਠਣ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੰਸਾਰ ਇੱਕ ਸਰਕਾਰੀ ਸਿਸਟਮ ਦੇ ਅਧੀਨ ਆ ਕੇ ਇੱਕ ਕਾਨੂੰਨੀ ਕਾਰਵਾਈ ਕਰਦੇ ਹੋਏ ਇਸ ਕਤਲੇਆਮ ਦਾ ਜਵਾਬ ਵੀ ਮੰਗਣ। ਸੰਗਤ ਜੀ, ਇਹ ਹੈ ਅਕਾਲ ਚੈਨਲ ਦੀ ਰਿਪੋਰਟ 34 ਸਾਲ 1984 ਦੇ। ਇਹ ਹੈ ਅਕਾਲ ਚੈਨਲ ਵੱਲੋਂ 1984 33 ਸਾਲ ਪੂਰੇ ਹੋਣ ਦੀ ਇਸ ਵਰ੍ਹੇਗੰਢ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਬੋਲ।